ਅਸਲਾਮ ਅਲੈਕਮ ਤੁਸਾ ਦੇ ਦੇ ਵਸੇਬ ਦੀ ਆਵਾਜ਼ ਤੇ ਮੈਂ ਹਾਂ ਤੁਹਾਡਾ ਆਪਣਾ ਹੋਸ ਜੁਨੇਦ ਮਲਿਕ ਅੱਜ ਦੇ ਪ੍ਰੋਗਰਾਮ ਵਿੱਚ ਅਸਾਂ ਗੱਲ ਕਰੇ ਸੂ ਮਲਤਾਨ ਦੇ ਇਲਾਕੇ ਬਸਤੀ ਖੁਦਾਦਾਦ ਦੀ ਇਤਾਂ ਕਿਤਨੇ ਮਸਾਇਲ ਇਨ ਪੇ ਕਿਤਨਾ ਇਤਾਂ ਦੇ ਲੋਕਾਂ ਦਾ ਇਤਸਾਲ ਤਿੰਦਾ ਪਿਆ ਵਜ਼ੀਰ ਖਾਰਜਾ ਸ਼ਾਹ ਮਹਿਮੂਦ ਕੁਰੈਸ਼ੀ ਵਸੀਮ ਖਾਨ ਬਾਦੋਜ਼ਈ ਇਹ ਇਤਾਂ ਦੇ ਜਿਹੜਾ ਨਾ ਹਲਕੇ ਦੇ ਐਮ ਪੀ ਏ ਐਮ ਐਨ ਏ ਇਨ ਪੇ ਮਗਰ ਆਵਾਮ ਦਾ ਇਤਾਂ ਕਿਤਨਾ ਬੁਰਾ ਹਾਲ ਹੈ ਕਿਵੇਂ ਇਹਨਾਂ ਦਾ ਇਤਸਾਲ ਤਿੰਦਾ ਪਿਆ यह तमाम तर चीजा जानसू मुल्तानदश इलाके पे नहीं कि बहुत साइड के उत्तर इलाका है पिया इतना दा वजीरे, खार... वजीरे खारजा इतों वोट गिण के आवाम के वोट गिण के वजीर खारजा अवान पहुँचे तो अज वो वजीरे खारजा एन पे मगर इतना ने आवन तो बाद उन्हों कोई चीज़ भी नहीं देखी इतना दे आवाम जरा सरापा इतरा जलते थे आवाम आए पास कानते थे कि उन्होंने मसाइल क्या है कि अपनी जिंदगी बसर करेंगे पे चलते ਬਿਲਕੁਲ ਸਾਡੇ ਨਾਲ ਮੌਜੂਦ ਹਨ ਪੇ ਇਥਾ ਦੇ ਸ਼ਹਿਰੀ ਇਥਾ ਦੇ ਇਲਾਕਾ ਮਕੀਨ ਸਾਡੇ ਨਾਲ ਮੌਜੂਦ ਹਨ ਪੇ ਇਨਾ ਕਰਨੇ ਜਾਣਸੂ ਕਿ ਇਥਾ ਜਿਹੜੇ ਮਸਾਇਲ ਹਨ ਪੇ ਇਹ ਸੀਵਰੇਜ ਦੇ ਮਸਾਇਲੇ ਗੰਦਗੀ ਦੇ ਮਸਾਇਲੇ ਉਹ ਕਿਵੇਂ ਇਹ ਕਿਆ ਮਹਿਕਮੇ ਵਾਲੇ ਇਨਾ ਕਰਨੇ ਅੰਦੇ ਨਹੀਂ ਅੰਦੇ ਅਸੀਂ ਇਨਾ ਕਰਨੇ ਜਾਂਦੇ ਹਾਂ ਅਸਲਾਮੁਅਲੈਕਮ ਜੀ ਵਾਲੇਕੁਮ ਅਸਲਾਮ ਸਭ ਤੋਂ ਪਹਿਲੇ ਤੋਂ ਭਾਈਓ ਨੇ ਵਸੀਬ ਨਿਊਜ਼ ਦਾ ਬੇहद ਮਸ਼ਕੂਰ ਹੈ ਹਮ ਔਰ ਸਭ ਤੋਂ ਬੜੀ ਬਾਤ ਇਹ ਕਿ ਇਹਨਾਂ ਨੇ ਆਪਣਾ ਕੀਮਤੀ ਟਾਈਮ ਹਮਾਰੀ ਬਸੀ ਖੁਦਾਦਦ ਕੇ ਲੀਏ ਨਿਕਾਲਾ ਠੀਕ ਹੈ ਸੀਵਰੇਜ ਕੇ ਮਾਮਲੇ ਕੋ ਉਜਾਗਰ ਕਰਨੇ ਕੇ ਲੀਏ सबसे बड़ी बात सर आपने ये देखा है ये सूरत आल जौन सी बनी हुई है ठीक है टोटल दस नंबर वार्ड में इसी तरह हर इंटरेस्ट के ऊपर कूड़ा क्रिकेट गंद ठीक है बेबहा है लिहाजा वासा चेयरमैन से हम अपील करते हैं कि बरादराना अपील करते हैं ठीक है कि इसको सियासी मामला के अंदर ना लेकर जाएँ कि आया के बस्ती खुदाद वार्ड नंबर दस में ही सियासत है यहाँ पर कोई वोटर नहीं है यहाँ पर हाँ एक एक दरवाज़ा खड़का गया आप देख लो हर घर में तकरीबन आठ से दस वोटर हैं थी? जिनका आईडी कार्ड नेशनलिटी यहाँ की है पाकिस्तानी है कोई अल्लाह माफ़ करे कोई बाहर के नहीं है ठीक है मुसलमान है आप लोगों के घर चेक कर लें एक, -एक फुट पाँच पाँच इंच घरों के अंदर पानी दाखिल हुआ हुआ है यहाँ इंसान है इंसानियत तो होनी चाहिए इसको सियासत वाली साइड पर ना लेके जाओ वो सेब के अंदर तो सियासत होती नहीं है ये क्या है कि चार घर इधर नून के हैं या अदर दूसरी कोई पार्टी के हैं तो पीटीआई है वाले जिस टाइम कोई गाड़ी आती है लाल चौक से परली साइड पे गाड़ी को ले जाते हैं ये मामला अच्छा नहीं इतना दे एम पी एम एन ए कए होवे उन्होंने शिकायत की कोई तरह का मामला भाई जान हम तो पीट पीट कंप्लेन करवा के थक जाते हैं ठीक है हमारी कंप्लेन के ऊपर तो वासा कोई एक्शन नहीं करता दूसरी बात अगर कोई पीटीआई का कोई असर सूख वाला ठीक है कॉल करता है तो वो गाड़ी आ जाती है वो गाड़ी को लाल चौक से परली साइड पे ले जाते हैं छः नंबर वार्ड सात नंबर वार्ड इस साइड पे यहाँ पर भी कोई इंसान है ठीक है यहाँ पर भी अल्लाह ताला के बंदे बसते हैं ठीक है कोई अल्लाह माफ़ करे वसेब है हम तो ਵਾਸਾ ਕੀ ਅੰਦਰ ਕੰਪਲੇਨੇ ਕਰਵਾ ਕਰਵਾ ਥੱਕ ਜਾਤੇ ਕੋਈ ਵਾਸਾ ਨਹੀਂ ਆਤੀ ਭਾਈ ਜਾਨ ਬਿਲਕੁਲ ਕੰਪਲੇ ਵਾਸਾ ਦੇ ਅੰਦਰ ਕੰਪਲੇਨਾਂ ਕਰਵਾ ਕਰਵਾ ਥੱਕ ਵਹਿੰਦੇ ਨਹੀਂ ਅੰਦਰ ਸਰ ਨਾਲ ਹੋਰ ਵੀ ਸ਼ਹਿਰੀ ਮੌਜੂਦ ਹੈ ਅਸਾਂ ਇਹਨਾਂ ਕਨੇ ਜਾਣਦੇ ਸੀ ਕਿ ਇਹ ਇਹ ਬਾਰੇ ਵਿੱਚ ਕਿ ਆਖਦੇ ਨੇ ਕਿ ਤੁਹਾਡੀ ਇੱਕ ਗਲੀ ਦੇ ਵਿੱਚ ਮੁਸਲਸਲ ਪਾਣੀ ਜਿਆ ਨਾ ਖੜਾ ਹੈ ਗੰਦਾ ਗਟਰ ਦਾ ਪਾਣੀ ਹੈ ਪਿਆ ਕਿਆ ਤੁਸੀਂ ਆਪਣੇ ਜਿਹੜੇ ਆਵਾਮੀ ਨੁਮਾਇੰਦੇ ਹਨ ਪਏ ਜਿਨ੍ਹਾਂ ਕੋ ਤੁਸੀਂ ਵੋਟ ਦਿੱਤੀ ਉਹਨਾਂ ਕਨੇ ਤੁਸੀਂ ਨਹੀਂ ਗਏ ਗੱਲ ਨਹੀਂ ਕੀਤੀ ਸਰ ਉਹਨਾਂ ਕੋਲ ਵੀ ਬੇਸ਼ੱਕ ਗਏ ਹੈ ਸਰ ਪੰਜ ਵਾਰ ਕੰਪਲੇਨ ਕੀਤੀ ਹੈ ਗੱਡੀ ਆਂਦੀ ਹੈ ਜੀ ਪਹਿਲੇ ਇੱਕ ਵਾਰੀ ਹਾੜੇ ਗੱਡੀ ਆਈ ਉਹਨਾਂ ਨੇ ਆਖੇ ਕਿ ਜੀ ਅਸਾਂ ਨੂੰ ਰਾਤ ਨੂੰ ਟੀਮ ਗਏ ਕਿ ਰਾਤ ਨੂੰ 11 ਬੰਦੇ ਆਏ ਨ 11 ਬੰਦੇ ਦੂ ਗੱਡੀਆਂ ਆਈਆਂ ਉਹਨਾਂ ਨੇ ਤਾਂ ਖੜਾ ਕੀਤੇ ਤਰੇ ਗੱਡਰਾਂ ਦੇ ਡਕਣੇ ਪਟੇਨ ہماری ਨਿਊ ਟੀਮ ਆਏਗੀ ਪਤਾ ਨਹੀਂ ਉਹ ਕਿਹੜੀ ਨਿਊ ਟੀਮ ਹੈ ਵਲ 6-7 ਦਿਨਾਂ ਤੋਂ ਬਾਅਦ ਅਸਾਂ ਸਾਰੇ ਲੋਕ ਉਥੇ ਦਫ਼ਤਰ ਗਏ ਆਂ ਕੰਪਲੇਨ ਕੀਤੀ ਹੈ ਵਲੋਂ ਆਇਨ ਵਲੋਂ ਨੇ ਤਰੇ ਡਕਣੇ ਪਟੇਨ ہماری ਨਿਊ ਟੀਮ ਆਏਗੀ ਪਤਾ ਨਹੀਂ ਕੋਈ ਖਲਾਈ ਮਖਲੂਕ ਟੀਮ ਹੈ ਜਿਹੜੀ ਤਾਂ ਆ ਕੇ ਕਰੇ ਸੀ ਔਰ ਸਿਰਫ ਆਂ ਦਿਨ ਦੇ ਦਿਨ ਨਾ ਕੋਈ ਪ੍ਰੈਸ਼ਰ ਕੀ ਪ੍ਰ ਇਹ ਕੰਪ੍ਰੇਸ਼ਨ ਮਾਰੋ ਅੱਛਾ ਜੀ ਵੀ ਇਸ ਦੇ ਅੰਦਰ ਗੰਦ ਫਸਾ ਹੋਇਆ ਗੰਦ ਕਿਨੇ ਕਢਣੇ ਅਸਾ ਤਾਂ ਬੇਲ ਦੇਂਦੇ ਪਏ ਹੈ ਗੰਦ ਕੋਈ ਹੋਰ ਟੀਮ ਆ ਕੇ ਕਢਣ ਵਾਲੀ ਹੈ ਇਤਨ ਕੜੋ ਤੇਨੂੰ ਕੱਲ ਵੀ ਫੋਨ ਕੀਤੇ ਪਰਸੂ ਵੀ ਫੋਨ ਕੀਤੇ ਤੋੜ ਉਹਨਾਂ ਦੇ ਦਫ਼ਤਰ ਵੀ ਗਏ ਹੈ ਜਿਹੜੇ ਸਾਰੇ ਇੱਥੇ ਹਨ ਮਲ ਗੁਲਾਮ ਰਸੂਲ ਉਹਨਾਂ ਦੇ ਕੋਲ ਵੀ ਵਹਿੰਦੇ ਹਨ ਚੌਦੀ ਸਾਹਿਬ ਉਹ ਵੀ ਵਿਚਾਰੇ ਫੋਨ ਕਰਿੰਦੇ ਉਹਨਾਂ ਦੇ ਕੋਲ ਵਹਿੰਦੇ ਨੇ ਲੇਕਿਨ ਜੀ ਟੀਮੇ ਆ ਰਹੀ ਹੈ ਪਤਾ ਨਹੀਂ ਕਦੋਂ ਟੀਮ ਆਸਣ ਅੱਛਾ ਇਹ ਦੱਸਿਓ ਸੋ ਇਹ ਮਸਲਾ ਕਦੋਂ ਕਨੇ ਚੱਲਦਾ ਪਿਆ ਤੇ ਤੁਸੀਂ ਆ ਜਿਹੜੇ ਸ਼ਿਕਾਇਤ ਇਨ ਪਈ ਕਦੋਂ ਕਨੇ ਕਰ ਰਹੇ ਸਰ ਪਹਿਲੇ ਤੋਂ ਮਿਹਨੇ ਮਹੀਨਾ ਸਾਡ ਲੇਟ ਥੀ ਕਿ ਥੀ ਨਾ ਰਹਿੰਦੇ ਲੇਕਿਨ ਹੁਣ مسلسل 2 ਮਹੀਨੇ ਥੀ ਕਿ ਸਾਰੇ ਘਰ ਦੇ ਕੋਲ ਮੇਰੇ ਸਾਹਮਣੇ ਘਾਰੇ ਇਹ ਸਾਰੇ ਦੁਕਾਨਾਂ 2 ਮਹੀਨੇ ਥੀ ਕਿ ਤੇ مسلسل ਹਰ ਰੋਜ਼ ਪਾਣੀ ਹੈ ਵਾਸ਼ਰੂਮ ਤੁਸੀਂ ਯੂਜ਼ ਨਹੀਂ ਕਰ ਸਕਦੇ ਉਹ ਗੰਦਾ ਪਾਣੀ ਹੈ ਜਿਹੜਾ ਉਥਾਂ ਵੀ ਵਾਸ਼ਰੂਮ ਦਾ ਪਾਣੀ ਉਥੇ ਤੜੀ ਟੂਟੀ ਲੱਗੀ ਹੋਈ ਹੈ ਇਹ ਹਾਲਾਚਲ ਦੇ ਬਿਨਾਂ ਤਾਂ ਸਰ ਬਿਲਕੁਲ ਬਹੁ ਬੁਰੇ ਹਾਲਾਤ ਇਨਸਾਨ ਨਾਲ ਹੋਰ ਵੀ ਸ਼ਰੀ ਮੌਜੂਦ ਨੇ ਅਸਾਂ ਇਨਾਂ ਕਨੇ ਵੀ ਜਾਣ ਤੋਂ ਅੱਛਾ ਤੁਸੀਂ ਐਡਾ ਸਿਸੋ ਕਿ ਜਿਹੜੇ ਇਥਾ ਦੇ ਐਮਪੀ ਐਮਐਨ ਨੇ ਕਿਆ ਉਹ ਤੁਹਾਡੇ ਕਨੇ ਕਦੇ ਨਹੀਂ ਆਏ ਤਾਂ ਬਿਲਕੁਲ ਕੋਈ ਕੋਈ ਨਹੀਂ ਆਇਆ ਮਸਜਿਦ ਹੈ ਹੁੰਵੇ ਕੋ ਹਰ ਵੇਲੇ ਪਾਣੀ ਖੜਾ ਰਹਿੰਦਾ ਨਿਮਾਜ਼ੀ ਵੀ ਤੰਗ ਹੈ ਅਗਰ ਬੈਸ ਕਰੇ ਤੇ ਜੀਐਮਪੀ ਨਾਲ ਗੱਲ ਕਰੋ ਮਸਜਿਦ ਨਿਮਾਜ਼ੀ ਵੀ ਤੰਗ ਚੱਲ ਕੇ ਦੇਖੋ ਹੁਣ ਵੀ ਆਗੂ ਪਾਣੀ ਖੜਾ ਤਾਂ ਕਿੱਥੇ ਜਾਣ ਜਦ ਨਿਮਾਜ਼ ਵਾਸਤੇ ਰਸਤਾ ਕੋ ਨਹੀਂ ਤੇ ਹੋਰ ਉਥੇ ਬੰਦ ਕਰੇ ਤੇ ਕੀ ਕਰੇ ਬਿਲਕੁਲ ਬਹੁ ਕੰਪਲੇਨਾ ਕੀਤੀਆਂ ਮਗਰ ਹੁਣੇ ਤੱਕ ਕੋਈ ਵੀ ਸੁਣਵਾਈ ਨਹੀਂ ਮਸਜਿਦ ਦੇ ਜਿਹੜਾ ਨਾ ਬਾਹਰ ਪਾਣੀ ਸਰ ਨਾਲ ਹੋਰ ਵੀ ਸ਼ਹਿਰ ਮੌਜੂਦ ਹੈ ਅਸਾਂ ਅਜਾ ਹਾਈ ਸਰ ਤੁਸੀਂ ਇਹ ਦੱਸੇ ਸੋ ਆ ਕਿ ਕਿਆ ਇਤਾ ਦੇ ਐਮਪੀ ਐਮਐਨਏ ਵੋਟ ਗਿਰਨ ਤੋਂ ਬਾਅਦ ਆਇਨ ਅਗਰ ਤੁਸੀਂ ਕੰਪਲੇਨ ਕੀਤੀ ਹੈ ਤੇ ਉਹਨਾਂ ਤੋਂ ਆਕੂ ਕੀ ਜਵਾਬ ਦਿੱਤਾ ਕੋਈ ਨਹੀਂ ਆਂਦਾ ਜੀ ਸਾਡਾ ਐਮਐਨਏ ਤਾਂ ਹੈਗਾ ਵਜ਼ੀਰ ਖਾਰਜਾ ਉਹ ਇਸਲਾਮਾਬਾਦ ਤੋਂ ਹੀ ਨਹੀਂ ਨਿਕਲਦਾ ਕਦੀ ਵੀ ਨਹੀਂ ਆਇਆ ਔਰ ਐਮਪੀਏ ਸਾਹਿਬ ਜਿਹੜੇ ਆ ਨਾ ਉਹ ਵੀ ਨਹੀਂ ਆਏ और जिस तरह बुजदार सुत्ता पैया इस तरह तमाम इदारे सुते पे ने वापडा है गैस है सीवरेज है सफाई वाला इंतजाम है सबका हुकूमत साढ़े चेयरमैन से चौधरी लाल साहब बड़ी कोशिशों महकमे नु बुला के लिया खुद नाल सर्विस करते सके से सेवरेज का निजाम उन्होंने खुद अठारह साल चलाया जबकि हम महकमे को ट्रांसफर किया गया बिल पानी दे और बिजली का लै रहे ने ਲੇਕਿਨ ادارے ਕੰਮ ਨਹੀਂ ਕਰ ਰਹੇ ਸੁੱਤੇ ਪਏ ਨੇ ਅਗਰ ادارے ਕੰਮ ਨਹੀਂ ਕਰ ਰਹੇ ਸੁੱਤੇ ਪਏ ਤੇ ਤੁਸੀਂ ਜਿਹੜਾ ਇਹ ਪਾਣੀ مختلف ਮਕਾਮਾਂ ਤੇ مختلف ਗਲੀਆਂ ਦੇ ਵਿੱਚ ਮੌਜੂਦ ਹੈ ਕੀ ਇਸ ਦੇ ਵਾਸਤੇ ਕਦੇ ਉਹਨਾਂ ਨੇ ਕੋਈ ਚੀਜ਼ ਨਹੀਂ ਕੀਤੀ ਤੁਸੀਂ ਬਿੱਲ ਜੋ ਭਰ ਰਹੇ ਹੋ ਕਦੇ ਕੋਈ ਵੀ ਨਹੀਂ ਆਇਆ ਕੀ ਕੋਈ ਵੀ ਨਹੀਂ ਆਇਆ ਕਦੀ ਕਿਤੇ ਇੱਕਾ ਦੁੱਕਾ ਕੋਈ ਇੱਕ ਅੱਧਾ ਗਟਰ ਆਂਦੇ ਨੇ ਡੰਡਾ ਮਾਰ ਕੇ ਚਲੇ ਗਏ ਉਸ ਤੋਂ ਬਾਅਦ ਨਾ ਗਟਰ ਦੀ ਪ੍ਰੋਪਰ ਸਫਾਈ ਕਰਦੇ ਨੇ ਤੇ ਕੁਝ ਵੀ ਨਹੀਂ ਕਰਦੇ बहुत शुक्रिया तुम ना आवे असा होर भी इतना शहरी रहे असं मजीद भी गाल करे तो कर ई इलाके बस्ती खुदादा के हालात जरा डेसों तमाम तर चीज़ा जो जान न जानसूँ इले ब्रेक का वेला थी गया चलते से ब्रेक आसे से असं होर मजीद ब्रेक तो बाद आवन तो बाद लोग आते इलाका मकीन ग चलते से ब्रेक आसे ਆ ਬਿਲਕੁਲ ਅਸਾ ਗੱਲ ਕਰੀਂਦੇ ਪੈਸੇ ਪਾਣੀ ਦੀ ਜਿਹੜਾ ਕਿ ਘਰਾਂ ਦੇ ਵਿੱਚ ਵੀ ਗੰਦਾ ਪਾਣੀ ਦਾਖਲ ਥਿੰਦਾ ਪਿਆ ਮਗਰ ਇਥਾ ਅਗਰ ਕਿ ਕੋਈ ਨਹੀਂ ਸੁਣਿਆ ਵੈਂਦਾ ਤੇ ਇਥਾ ਦਾ ਵਜ਼ੀਰ ਖਾਰਜਾ ਜਿਹੜਾ ਕਿ ਇਥਾ ਦੇ ਐਮਨਏ ਐਨ ਪੇ ਇਹੋਂ ਦਾ ਹਲਕਾ ਹੈ ਪਿਆ ਅਗਰ ਇਹੀ ਹਲਕੇ ਦੀ ਗੱਲ ਕਰੂ ਤਾਂ ਇਹ ਦੇਖਿਆ ਵੰ ਸਕਦਾ ਕਿ ਕਿਵੇਂ ਘਰਾਂ ਦੇ ਵਿੱਚ ਪਾਣੀ ਇਹ ਗਟੜਾਂ ਦਾ ਦਾਖਲ ਥਿੰਦਾ ਪਿਆ ਹੈ ਇੰਤਹਾਈ ਬੁਰਾ ਹਾਲ ਹੈ ਕਿਵੇਂ ਇਹ ਲੋਕ ਰਹਾਂਦੇ ਪੈਨ ਮਗਰ ਅਗਰ ਕੋਈ ਸੁਣਨ ਵਾਲਾ ਕਹਿ ਨਹੀਂ ਤੇ ਇਹ ਹਕੂਮਤ ਦੇ ਅਹਲਕਾਰ ਕਹਿ ਨਹੀਂ ਅੰਦੇ ਗੁੰਗੇ ਬੈਰੇ ਜਿਹੜੇ ਹੁਕਮਰਾਨ ਨੇ ਪੇ ਕਦੇ ਅੱਜ ਤੱਕ ਇਹਨਾਂ ਨੇ ਆਵਾਮ ਦੇ ਖਾਤਰ ਕੋਈ ਸੋਚਿਆ ਹੀ ਕਿ ਨਹੀਂ ਵੋਟ ਗਿਨਨ ਵਾਸਤੇ ਜ਼ਰੂਰ ਆਂਦੇ ਮਗਰ ਅੱਜ ਤੱਕ ਇਹਨਾਂ ਦੇ ਜਿਹੜੇ ਮਸਾਇਲ ਹਨ ਹੱਲ ਕਰਨ ਵਾਸਤੇ ਨਹੀਂ ਆਏ ਝੂਠੇ ਦਾਅਵੇ ਕੀਤੇ ਵੈਂਦੇ ਤੇ ਅਸਾਰੇ ਇਹ ਜਿੱਥਾ ਮੌਜੂਦ ਸੇ ਜੀ ਘਰ ਵਿੱਚ ਸਾਡੇ ਇਹ ਘਰ ਦੇ ਰਿਹਾਇਸ਼ੀ ਮੌਜੂਦ ਹਨ ਪੇ ਅਸਾਂ ਇਹਨਾਂ ਕਨੇ ਜਾਣ ਸੂ ਕਿ ਇਹ ਮਸਲਾ ਕਦੋਂ ਕਰੇ ਅਸਲਾਮ ਅਲੈਕਮ ਵਾਲੇਕਮ ਸਲਾਮ ਅੱਛਾ ਤੁਸੀਂ ਐਡਰੈਸ ਇਹ ਸੋ ਕਿ ਇਹ ਜਿਹੜਾ ਪਾਣੀ ਇਹ ਗੰਦਾ ਤੁਹਾਡੇ ਸਿਹਨ ਵਿੱਚ ਆਂਦਾ ਹੈ ਇਹ ਕਮਰੇ ਵਿੱਚ ਲਗਾ ਵੈਂਦਾ ਕਿਵੇਂ ਤੁਸੀਂ ਜ਼ਿੰਦਗੀ ਗੁਜ਼ਾਰਦੇ ਪਏ ਬਈ ਜਾਨ ਗੱਡੀ ਛੱਡ ਵੈਨੇ ਆ ਤੇ ਨਾ ਆਨਨ ਸਫਾਈ ਸਫਾਈ ਕਰਕੇ ਚਲੇ ਬਣਨ ਆਦਨ ਭਈ ਨਾ ਕਿ ਨਾ ਆਪਣਾ ਅੱਜ ਆਂਦੇ ਪਏ ਆ ਨਾ ਉਹ ਸਫਾਈ ਵਾਲੇ ਨਾ ਭਈ ਯਾਨੀ ਕਿ ਅੱਜ ਕਰ ਦੇ ਨੇ ਕੱਲ ਕਰ ਦੇ ਨੇ ਜੇ ਵੇਲੇ ਉਹਨਾਂ ਕੋ ਫੋਨ ਕਰੂੰ ਕੰਪਲੇਨ ਨੰਬਰ ਗਿੰਗਿੰਦਨ ਆਦਨ ਸਹੀ ਹੈ ਨਾ ਬੰਦੇ ਆਂਦੇ ਪੈਨ ਟੀਮ ਆਂਦੀ ਪਈ ਏ ਟੀਮ ਆਂਦੀ ਏ ਔਰ ਦੇਦਨ ਗਟਰ ਖੋਲ ਕੇ ਤੇ ਨਾ ਚਲੇ ਬਣਨ ਆਦਨ ਭਈ ਨਾ ਆਂਦੇ ਆ ਨਾ ਉਹ ਟੀਮ ਆਸੀ ਭਈ ਉਹ ਪਤਾ ਨਹੀਂ ਕਿਹੜੀ ਟੀਮ ਆਸੀ ਸਾ ਕੋ ਨਹੀਂ ਸਮਝ ਆਂਦੀ ਭਈ ਆ ਚਾਰ ਮਹੀਨੇ ਇਹ ਤਕਰੀਬਨ ਪੰਜ ਮਹੀਨੇ ਥੀ ਗਏ ਗੰਦਾ ਪਾਣੀ ਆਂਦਾ ਪੇ ਛੋਟੇ ਛੋਟੇ ਬਾਲ ਇਨ ਪੇ ਬੰਦਰ ਬਾਲਾਂ ਕੋ ਇਹਨਾਂ ਹਕਲਾ ਦਿੰਦੇ ਨਾ ਪਾਣੀ ਦੇ ਪਿਛੋਂ ਸਾ ਨਾ ਖਾਣ ਪੀਣ ਦੀ ਕੋ ਸਮਝ ਆਂਦੀ ਏ ਸਮਝ ਨਹੀਂ ਆਂਦੀ ਭਈ ਸਾ ਕੋ ਇਹਨਾਂ ਦੀ ਨਾ ਨਹੀਂ ਜਿਹੜਾ ਤੁਸੀਂ ਕੰਪਲੇਨ ਕੀਤੀਆਂ ਕੋਈ ਗਾੜੀ ਨਹੀਂ ਆਈ ਕੀ ਕੋਈ ਇਤਜਾਜ ਕੋਈ ਕੋਈ ਤਾਂ ਸੁਣਨ ਵਾਲਾ ਕੋਈ ਹੁਕਮਰਾਨ ਕਹਿ ਨਹੀਂ ਕੋਈ ਇਥਾਂ ਅਫਸਰਾਨ ਕਹਿ ਨਹੀਂ ਕਿ ਸੁਣੇ ਇਹ ਗੰਦਾ ਪਾਣੀ ਜਿਹੜਾ ਹੈ ਨਾ ਇਥਾਂ ਵੋਟ ਗਿਣਨ ਜਿਹੜੇ ਅੰਦੇਨ

ਇਹ ਹੁੰਡੇ ਕਿਨ ਤੁਹਾਡੇ ਸਾਹਮਣੇ ਇੱਕ ਖੋਲੇ ਕਿਵੇਂ ਪਾਣੀ ਆਂਦਾ ਪਏ ਬੜੀ ਪਰੇਸ਼ਾਨੀ થઈ ਪਈ ਸਾਕੂ ਇੱਕ ਵਾਸਾ ਇੱਕ ਦਬਾ ਕੇ ਬੰਦ ਕਰਕੇ ਰੱਖੇ ਤੁਹਾਡੇ ਸਾਹਮਣੇ ਖੋਲੇ ਹੁੰਡੇ ਕੋ ਪਾਣੀ ਕਿੱਥਾ ਤੱਕ ਆ ਗਿਆ ਅਗਰ ਇਹ ਮੈਂ 5 ਮਿੰਟ ਵੀ ਖੁੱਲਾ ਹੋਵੇ ਇੱਕ ਕਮਰੇ ਦੇ ਵਿੱਚ ਪਾਣੀ ਵੜਵੇ ਸੀ ਅਸਾ ਇਵੇਂ ਇਹ ਸਮਝੋ ਕਿ ਬੜੇ ਪਰੇਸ਼ਾਨ ਥਾ ਪਏ ਅੱਛਾ ਇਹ ਜ਼ਾਇਰੀ ਗੱਲ ਹੈ ਗੰਦੇ ਪਾਣੀ ਨਾਲ ਮੁਖਤਲਿਬ ਬਿਮਾਰੀਆਂ ਵੀ ਫੈਲਦੀਆਂ ਹੋਸਨ ਤੁਹਾਡੇ ਬਾਲ ਵੀ ਜੇਨ ਬਿਮਾਰ ਥਿੰਦੇ ਹੋਸਨ ਕਿਉਂ ਜਿਹੜੇ ਇਹ ਪਿਆ ਤੁਸੀਂ ਦਰਖਾਸਤਾਂ ਦਿੱਤੀਆਂ ਤੁਸੀਂ ਕਿਆ ਸਮਝਦੇ ਵੇ ਉਹ ਕਿਉਂ ਨਹੀਂ ਆਂਦੇ ਕਿਆ ਉਹਨਾਂ ਕੋ ਜੇ ਨਾ ਤਕਲੀਫ ਹੈ ਪਈ ਉਹ ਇਹ ਇਲਾਕੇ ਦੇ ਉੱਤੇ ਕਿਉਂ ਨਹੀਂ ਆ ਕੇ ਕੰਮ ਕਰਦੇ ਭਾਈ ਜਨ ਇਹ ਤਾਂ ਉਹ ਜ਼ਿਆਦਾ ਬਿਹਤਰ ਜਾਣੇ ਅਸਾਂ ਜੇ ਵੇਲੇ ਵੇਨੇ ਉਹਨਾਂ ਕੋਲੋਂ ਉਹ ਸਾ ਕੋਈ ਉਹ ਆਦਨ ਸਾ ਟੀਮ ਭੇਜਦੇ ਪਏ ਟੀਮ ਆਂਦੀ ਨਹੀਂ ਐਮਐਨਏ ਕੋਲ ਬੰਨੋ ਉਹਦੇ ਕੋਲ ਬੰਨੋ ਆਦਨ ਸਹੀ ਹੈ ਨਾ ਬਸ ਟੀਮ ਆਂਦੀ ਪਈ ਹੈ ਟੀਮ ਆਂਦੀ ਹੈ ਅਗਰ ਆਈ ਵੈਂਦੀ ਬਈ ਚਾਂਸ ਵਿੱਚ ਸ਼ਾਦਰ ਨਾਜ਼ਰ ਤਾਂ ਕੰਮ ਨਹੀਂ ਕਰਦੇ ਉਹ ਕੰਮ ਨਹੀਂ ਕਰ ਰਹੇ ਬਸ ਦੇਖ ਕੇ ਚੱਲੇ ਨੇ ਨਾਦਰ ਬਈ ਟੀਮ ਆਸੀ ਸਹੀ ਹੋਇ ਨਾ ਗੰਦ ਕੱਢਣ ਵਾਲੀ ਬਈ ਟੀਮ ਕੱਢਣਾ ਸੀ ਸਾ ਕੋ ਨਹੀਂ ਪਤਾ ਆ ਬਿਲਕੁਲ ਬਈ ਟੀਮ ਕਦੋਂ ਆਸੀ ਅੱਜ ਨਾ ਕੋਈ ਪਤਾ ਕਹਿ ਨਹੀਂ ਇਹ ਪਾਣੀ ਦੇਖੋ ਪਹਿਲੇ ਕਿਥਾਂ ਆਈ ਹੁਣ ਸਾਡੇ ਗੱਲ ਕਰਦੇ ਤੱਕ ਇਹ ਪਾਣੀ ਜਿਹੜਾ ਨਾ ਜ਼ਿਆਦਾ ਥਿੰਦਾ ਪਿਆ ਹੈ ਘਰਾਂ ਦੇ ਵਿੱਚ ਪਾਣੀ ਅ ਅੰਦਰ ਹੈ ਪਿਆ ਮਗਰ ਅੱਜ ਤੱਕ ਇਥਾਂ ਦੇ ਹੁਕਮਰਾਨ ਇਥਾਂ ਦੇ ਜਿਹੜੇ ਵਾਸਾ ਦੇ ਹੁਕਾਮ ਇਹਨ ਪੇ ਵਾਸਾ ਅਫਸਰਾਨ ਇਹਨ ਉਹਨਾਂ ਦੇ ਕੰਨ ਤਾਂ ਜੂ ਨਹੀਂ ਰਹੀਂਗੀ ਮਗਰ ਨਿੱਕੇ ਨਿੱਕੇ ਬਾਲ ਜਿਹਨ ਬਿਮਾਰ ਥਿੰਦੇ ਪੈਣ ਬਸਤੀ ਖੁਦਾ ਦਾ ਦੇ ਵਿੱਚ ਵਾਸਾ ਦੀ ਨਾ ਐਲੀ ਦੀ ਵਜ੍ਹਾ ਨਾਲ ਇਹ ਸਾਰਾ ਇਲਾਕਾ ਤਲਾਬ ਦਾ ਮੰਜ਼ਰ ਪੇਸ਼ ਕਰਨ ਦਾ ਪਿਆ ਅਸਾਂ ਹੋਰ ਵੀ ਚਲਦੇ ਸੇ ਹੋਰ ਵੀ ਲੋਕਾਂ ਨਾਲ ਗੱਲ ਕਰੇ ਸੋ ਤੇ ਜਾਣ ਸੋ ਉਹ ਕਿਆ ਇਹ ਗੱਲ ਦੇ ਉਤੇ ਇਹ ਚੀਜ਼ ਦੇ ਉਤੇ ਆਖਦੇ ਨੇ ਚਲਦੇ ਸੇ ਅਗੂ ਆ ਬਿਲਕੁਲ ਇਥੇ ਸਾਡੇ ਨਾਲ ਸ਼ਹਿਰੀ ਮੌਜੂਦ ਨੇ ਅਸੀਂ ਗੱਲ ਕਰੇ ਸੂ ਕਿ ਕਿਵੇਂ ਇਥਾਂ ਦੇ ਹਾਲਾਤ ਨੇ ਅਗਰ ਦੇਖਿਆ ਵੰਜੇ ਤਾਂ ਮੇਰੇ ਸਾਹਮਣੇ ਗਟਰ ਹੈ ਇਹਦਾ ਢੱਕਣ ਵੀ ਕਹਿ ਨਹੀਂ ਕੀਆ ਇਹ ਇਹਨਾਂ ਲੋਕਾਂ ਨੇ ਜਿਹੜਾ ਨਾ ਪਾਉਣਾ ਇਹ ਇੰਤਜ਼ਾਮੀਆ ਦੀ ਨਾਅਹਲੀ ਨਹੀਂ ਕਿਹ ਇਹ ਵਾਸਾ ਹੁਕਾਮ ਦੀ ਜਿਹੜਾ ਹੈ ਕਮ ਨਹੀਂ ਆਖਿਰ ਇੱਕ ਕੀਂਦਾ ਕੰਮ ਹੈ ਵਜ਼ੀਰ ਖਜ਼ਾਣੇ ਇਵਾਨ ਵਿੱਚ ਬੈ ਕੇ ਤਾਂ ਬੜੀ ਗਾਲੀਆਂ ਕਢਿੰਦਾ ਹੈ ਮਗਰ ਅੱਜ ਤੱਕ ਉਹ ਆਪਣੇ ਹਲਕੇ ਦੇ ਬਾਰੇ ਵਿੱਚ ਨਹੀਂ ਜਾਣਿਆ ਨਹੀਂ ਆ ਕੇ ਮੋੜ ਕੇ ਦੇਖਿਆ ਕਿ ਇਥਾਂ ਕੀ ਥਿੰਦਾ ਪਿਆ ਸਰਨਲ ਇਥਾਂ ਦੇ ਸ਼ਹਿਰੀ ਮੌਜੂਦ ਨੇ ਇਥਾਂ ਦੇ ਅਸੀਂ ਇਹਨਾਂ ਕਰੇ ਜਾਣਸੂ ਕਿ ਕਿਵੇਂ ਇਹ ਚੀਜ਼ਾਂ ਕਰਦੇ ਨੇ ਅਸਲਾਮੁਅਲੈਕੁਮ ਵਾਅਸਲਾਮ ਸਰਕਾਰ ਲਖਰੀ ਤੇ ਸਰ ਤੁਹਾਡੇ ਸਾਹਮਣੇ ਪੋਜੀਸ਼ਨ ਨਹੀਂ ਭਾਈ ਗਲੀ ਮੋਹੱਲਾ ਜਿਨ੍ਹਾਂ ਲੋਕਾਂ ਨੇ ਆਪਣੇ ਵੋਟ ਦਿੱਤੇ ਨੇ ਉਹ ਲੋਕ ਕੰਮ ਕਰਵਿੰਦੇ ਪੈਨ ਅਸਲ ਹੋ ਕਿਵੇਂ ਵਧਿਆ ਤੇ ਗੈਸ ਹੀ ਕਹਿ ਨਹੀਂ ਬਿਜਲੀ ਦਾ ਬਿੱਲ ਠੋਕਿਆ ਨੇ ਇਮਰਾਨ ਖਾਨ ਦਰਨਿਆ ਦੇ ਆ ਦੇ ਬਿੱਲ ਸਾੜੋ ਹੁਣ ਕੀ ਕਰੂੰ ਕੁੜਿਓ ਅੱਛਾ ਐਡ ਐਸ ਐਸਓ ਕੇ ਇਹ ਘਟਨਾ ਦੇ ਇਥਾਂ ਡੱਕਨ ਕਹਿ ਨਹੀਂ ਕਿਆ ਕਦੇ ਇੰਤਜ਼ਾਮੀਆਂ ਕੋ ਤੁਸਾਂ ਕੋਈ ਗੱਲ ਨਹੀਂ ਕੀਤੀ ਇੰਤਜ਼ਾਮੀਆਂ ਵਾਲੇ ਨਹੀਂ ਆਉਂਦੇ ਆਂ ਦੀ ਇਹ ਦੇਖ ਕੇ ਚਲੀ ਵੰਦੀ ਹੈ ਪੈਸੇ ਮੰਗਦੇ ਨਾਲ ਬਾਂਸ ਮਰੇ ਸੋ ਪੈਸੇ ਕੱਟੇ ਘਾਰ ਕੇ ਡੁੱਬ ਬਜ਼ਾਰ ਕੇ ਨੇ ਚਲੇ ਵੰਦੇ ਕੰਮ ਨਹੀਂ ਕਰਦੇ ਸਹੀ ਇਹ ਇਤਨਾ ਖਤਰਨਾਕ ਹੈ ਕੋਈ ਬਾਲ ਇਥਾਂ ਜੇ ਨਾ ਡੁੱਬ ਸਕਦਾ ਕੋਈ ਮਸਲੇ ਮਸਾਇਲ ਥੀ ਸਕਦੇ ਇੰਤਜ਼ਾਮੀਆਂ ਵਾਲੇ ਕਿ ਇਹ ਸ਼ਹਿਰ ਤੇ ਜਿਹੜਾ ਨਾ ਇੰਤ ਪਾਸੇ ਕਿਉਂ ਨਹੀਂ ਆਂਦੇ ਇੰਤਜ਼ਾਮੀਆਂ ਕਈ ਬਾਲ ਮਰੇ ਨਹੀਂ ਤਾਂ ਇਕ ਨਹੀਂ ਕਈ ਵਿੱਚ ਇਹ ਮਲ ਮਸੂਮ ਢਾ ਪਏ ਇਹ ਪਤਾ ਲੱਗੇ ਘਰ ਵਾਲੇ ਬੇਨੇ ਵਦਨ ਵਾਲਿਓ ਪਤਾ ਲੱਗੇ ਬਾਲ ਤਰਾ ਖੜੇ ਕੋਈ ਇਤਜਾਜ ਤੁਸੀਂ ਕੀਤਾ ਹੋ ਵਲਾਈ ਵਾਸਾ ਲੈ ਕੈ ਨਹੀਂ ਅੰਦੇ ਕੋ ਵਾਲੀ ਨਹੀਂ ਆਂਦੇ ਬਿਲਕੁਲ ਵਾਸਾ ਹੁਕਾਮ ਦੀ ਨਾਇਲੀ ਹੈ ਕਿ ਉਹ ਨਹੀਂ ਅੰਦੇ ਸਰਨਲ ਹੋਰ ਵੀ ਸ਼ਰੀ ਮੌਜੂਦ ਨੇ ਅਸਾਂ ਇਹਨਾਂ ਨਾਲ ਵੀ ਗੱਲ ਕਰ ਗਿੰਦੇ ਸੀ ਕਿ ਇਹ ਹਾਲਾਤ ਦੇ ਵਿੱਚ ਕਿਵੇਂ ਇਹ ਲੋਕ ਗੁਜ਼ਾਰਾ ਕਰਦੇ ਪੈਨ ਕਾ ਹੁਕਮਰਾਨਾ ਕੋ ਇਨਾ ਅਜ ਤੱਕ ਜੰਝੋੜਿਆ ਕਹਿ ਨਹੀਂ ਇੰ ਬਾਰੇ ਵਿੱਚ ਜਾਨਦੋ ਅਸਲਾਮੁਅਲੈਕਮ ਜੀ ਵੈਲਕਮ ਅਲੈਕਮ ਅਸਲਾਮ ਅੱਛਾ ਤੁਸੀਂ ਐਡਸਐਸਓ ਕੇ ਤੁਸੀਂ ਇ ਇਲਾਕੇ ਦੇ 라ਵਨ ਵਾਲੇ ਵੇ ਇ ਗਲੀਆਂ ਵਿੱਚ 라ਵਨ ਵਾਲੇ ਕਿਆ ਇਨਾ ਦੀ ਹਾਲਤ ਜ਼ਾਰ ਦੇ ਉੱਤੇ ਕਦੇ ਇੰਤਜ਼ਾਮੀਆਂ ਨੇ ਕੋਈ ਐਕਸ਼ਨ ਨਹੀਂ ਕੀਤਾ ਭਾਈ ਸਾਹਿਬ ਹਮੇ तकरीबन 5-6 ਮਹੀਨਿਆਂ ਕੋ ਗਲੀਆਂ ਕੋ ਪੈ ਬਰੁਕੇ ਹੋਏ ਹੈ ਘਰੋਂ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ ਘਰ ਮੈਂ ਆਪਕਾ ਪਤਾ ਹੈ ਖਾਣਾ ਵਗੈਰਾ ਬਣਾਤੇ ਹੈ ਗੈਸ ਉਹ ਵੀ ਨਹੀਂ ਆਤਾ ਲੱਕੜੀਆਂ ਜਲਾਤੇ ਹੈ ਘਰੋਂ ਵਿੱਚ ਪਾਣੀ ਦਾਖਲ ਹੋਤਾ ਹੈ ਬਿਮਾਰੀਆਂ ਪੈਦਾ ਹੁੰਦੀਆਂ ਹੈ उसके बिला हम उनके पास जाते हैं जो उनसे इंतजामी होते हैं इंतजामी आगे से कह देते हैं भाई दूसरी टीम आएगी वो आकर काम करेगी ना कोई टीम आई है अभी तक ना कुछ आइए या आप खुद ही देख लें हालत देख कैसी हुई पड़ी है इधर की बिल्कुल हालत जो है ना बहुत ज़्यादा ख़राब है अस अगू चलते से अगू असर दिखेंदे से कि यालात कि गटर का जरा ढक्कन तक क्या नहीं किसी भी वक्त साने का सबब बन सकता है वाला इंतज़ामिया आसी वाला लोग आसेन वाल गाली करेली हालत क्या इंतजामिया ने अज तक कोई चीज नहीं की थी। कोई नहीं लिया है ये तो अभी पानी सूख गया नहीं तो यहाँ पे निकलने की जगह नहीं है बच्चा जोहट बना हुआ है ये मच्छर जो है रात को बहुत ज्यादा हो जाता है अभी तो डेंगी का भी खतरा है तो यही गली से। जो इस पे सोलिंग नहीं लगी आज तक तो नहीं करने सर हुआ क्या करवा देते हैं बस कर लेते हैं जो भी आता है वासा वाला पैसे लेके जाता है वासा वाले पैसे गिन भी थोड़ा मसला हल नहीं थी नहीं कोई मसला नहीं है पर जाएगा दस मिनट हो रुक जाओ ਆ ਪੂਰੀ ਪਤਲੀ ਗਲੀ ਵੀ ਭਰੀ ਭਰੀ ਹੈ ਸਾਰੀ ਕਰਕੇ ਨਹੀਂ ਜਾਂਦਾ ਕੋਈ ਸਫਾਈ ਆ ਬਿਲਕੁਲ ਕਰਕੇ ਕੋਈ ਵੀ ਨਹੀਂ ਅੱਜ ਹੈ ਨਾ ਇੱਥਾ ਸਫਾਈ ਦਾ ਕੋਈ ਇੰਤਜ਼ਾਮ ਕਹਿ ਨਹੀਂ ਮੈਂ ਅਗਰ ਦਿਖਾਵਾਂ ਕਿ ਮੇਰੇ ਕੈਮਰਾਮੈਨ ਵੀ ਦਿਖਾ ਸਕਦਾ ਹੈ ਕਿ ਕਿਵੇਂ ਇਹ ਤਮਾਮਤਰ ਜਿਹੜਾ ਹੈ ਨਾ ਗਲੀ ਹੈ ਪਈ ਇੰਦੀ ਹਾਲਤ ਜ਼ਰ ਦੇ ਗਿਨੋ ਕਿ ਜਗਾ ਜਗਾ ਇਹ ਇਵੇਂ ਹੀ ਗੰਦਗੀ ਦੇ ਢੇਰ ਲੱਗੇ ਹੋਏ ਨੇ ਇਵੇਂ ਹੀ ਇਹ ਜਿਹੜਾ ਹੈ ਨਾ ਗੰਦਗੀ ਹੈ ਪਈ ਉੜੀ ਦੇ ਤੱਕ ਇਥਾ ਪਾਣੀ ਵਾਲ ਆ ਵੈ ਸੀ ਜਿਵੇਂ ਜਿਵੇਂ ਇਸਤੇਮਾਲ ਤਿੰਦਾ ਪਾਣੀ ਵਗ ਗੁਰਦਾ ਪਾਣੀ तमाम ਸੜਕਾ ਦੇ ਉਤੇ ਰੋਡਾ ਦੇ ਉਤੇ ਆ ਵੰਦਾ ਮਗਰ ਕਿਆ ਕਰੂ ਕਿਆ ਇੰਤਜ਼ਾਮੀਆਂ ਅਜ ਤੱਕ ਇੰ ਬਾਰੇ ਵਿੱਚ ਨਹੀਂ ਸੋਚਿਆ ਇਥਾ ਦੇ ਲੋਕ ਸਰਾਪਾ ਇਤਜਾਜ ਐਵਾਨੇ ਬੈਠੇ ਹੋਏ ਵਜ਼ੀਰ ਖਾਰਜਾ ਜਿਹੜਾ ਹੈ ਉਹਨਾਂ ਕੋ ਇੰ ਬਾਰੇ ਵਿੱਚ ਸੋਚਣਾ ਚਾਹੀਦਾ ਹੈ ਆਪਣੇ ਹਲਕੇ ਦੇ ਆਵਾਮ ਦੇ ਬਾਰੇ ਵਿੱਚ ਸੋਚ ਤਾਂ ਕਿ ਆਉਣ ਵਾਲੇ ਵਕਤ ਵਿੱਚ ਇਹ ਲੋਕ ਵੀ ਤੁਹਾਕੂ ਅੱਛੇ ਅਲਫਾਜ਼ ਵਿੱਚ ਯਾਦ ਕਰਨ ਅਸਾ ਚਲਦੇ ਸੇ ਇਹ ਵੇਲੇ ਬ੍ਰੇਕ ਦਾ ਵੇਲਾ ਥੀ ਗਿਆ ਤੇ ਬ੍ਰੇਕ ਤੋਂ ਬਾਅਦ ਵੱਲ ਹਾਜ਼ਰ ਥਿੰਦੇ ਸੇ ਤੇ ਅਗਲੇ ਇਥਾਂ ਦੇ ਅਹਿਲ ਇਲਾਕਾ ਜਿਹੜੇ ਬੇਹਨ ਪੇ ਉਹਨਾਂ ਦੇ ਮਸਾਇਲ ਉਹਨਾਂ ਦੀ ਚੀਜ਼ਾਂ ਦੇ ਉੱਤੇ ਗੱਲ ਕਰਦੇ ਚਲਦੇ ਸੇ ਇੱਕ ਬ੍ਰੇਕ ਵਾਲੇ ਪਾਸੇ ਐਲੇ ਇਲਾਕਾ ਹੀ ਤਾਂ ਮੌਜੂਦ ਹਨ ਪੇ ਅਸਾਂ ਇਹਨਾਂ ਨਾਲ ਗੱਲ ਕਰਦੇ ਦੇ ਸੇ ਕਿ ਇਹ ਕਿਵੇਂ ਦੇਖਦੇ ਨੇ ਇਹ ਕਿਵੇਂ ਜਿਹੜਾ ਇਹਨਾਂ ਚੀਜ਼ਾਂ ਨੂੰ ਘਿਨ ਕੇ ਚੱਲਦੇ ਪੈਣ ਮਗਰ ਇੰਤਜ਼ਾਮੀਆਂ ਹੀ ਬਾਰੇ ਵਿੱਚ ਕੀ ਆਖਦੀ ਏ ਕੀ ਉਹ ਕੋ ਇਹ ਮਸਜਿਦ ਨਜ਼ਰ ਨਹੀਂ ਆਂਦੀ ਕੀ ਉਹ ਕੋ ਇੱਥਾਂ ਦੇ ਰਿਹਾਇਸ਼ੀ ਨਜ਼ਰ ਨਹੀਂ ਆਂਦੇ ਵਜ਼ੀਰ ਖਾਰਜਾ ਸਾਹਿਬ ਇਹਨਾਂ ਦੇ ਵੋਟਰ ਨਾਲ ਤੁਸੀਂ ਇਮਾਨ ਵਿੱਚ ਪਹੁੰਚੇ ਹੋਏ ਅਗਰ ਇਹਨਾਂ ਦੇ ਮਸਾਇਲ ਤੁਸੀਂ ਹੱਲ ਨਾ ਕਰੇ ਸੋ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡਾ ਹਸ਼ਰ ਬੂੰ ਬੁਰਾ ਥੀ ਸੀ ਇਹ ਲੋਕ ਤੁਹਾਡੇ ਖਿਲਾਫ ਸਰਾਪਾ ਇਤਜਾਜ ਇਨ ਇਹ ਇਲਾਕਾ ਤੁਹਾਡਾ ਹੈ ਪਿਆ ਇਥਾਂ ਤੁਸੀਂ ਵੋਟ ਗਿਦੇ ਅਸਾਂ ਗੱਲ ਕਰਦੇ ਸੀ ਇਥਾਂ ਦੇ ਜਿਹੜੇ ਰਿਹਾਇਸ਼ੀ ਨੇ ਉਹਨਾਂ ਨਾਲ ਅਸਲਾਮ ਅਲੈਕਮ ਜੀ ਵਾਸਤਾਂ ਜੀ ਤੁਸੀਂ ਇਹ ਦੱਸੇ ਸੋ ਕਿ ਅਸਾਂ ਜਿਹੜਾ ਨਾ ਮਸਜਿਦ ਦੇ ਬਾਹਰ ਜਨਾਜ਼ਾ ਗਾਰ ਦੇ ਬਾਹਰ ਮੌਜੂਦ ਸੀ ਇਥਾਂ ਪਾਣੀ ਗੰਦਗੀ ਇਤਨਾ ਜ਼ਿਆਦਾ ਹੈ ਕਿਵੇਂ ਤੁਸੀਂ ਕਿਆ ਕਦੇ ਹੁਕਮਰਾਨ ਕੋਈ ਆਇਆ ਹੋਵੇ ਕੋਈ ਇੰਤਜ਼ਾਮੀਆ ਦੇ ਕਾਨ ਤੇ ਜੂ ਰੰਗੀ ਹੋਵੇ ਇੰਤਜ਼ਾਮੀਆ ਨੂੰ ਤੁਸੀਂ ਕਦੇ ਕੋਈ ਸ਼ਿਕਾਇਤ ਕੀਤੀ ਹੋਵੇ ਸ਼ਿਕਾਇਤਾਂ ਤਾਂ ਬਹੁਤ ਕੀਆਂ ਜੀ कम्प्लेनें भी कई लिखवाई हैं अच्छा कंप्लेन का यहाँ सिस्टम बासा ने एक ऐसा रखा हुआ है वो नंबर देते हैं हमें ये आपका नंबर है अच्छा उसके बाद जी कब आएंगे जब आपकी बारी आएगी तब आएंगे जी अभी हमारे पास जी इतनी कम्प्ले पड़ी हुई है। हैं पहले वो करेंगे उसके बाद आएंगे ये पानी आहिस्ता आहिस्ता ऐसे निकलते आपके सामने एक गटर है इसका पानी निकल जाएगा यहाँ ऐसे पानी, पानी पानी हो जाएगा अब जो नमाज ही आते हैं फरीज कपड़े से नमाज तो नहीं पढ़ सकते अक्सर लोग यहाँ से वापस चले तो नमाज नहीं पढ़ सकते मस्जिद में आके गुजर नहीं सकते यहाँ से गुजरने की जगह नहीं है अच्छा, की गुजरन कहनी, मसाइल इन पे, जेड़े क्या आज तक वो आके चीजा देखी नहीं हमने तो देखा नहीं वो वोट ले गए उसके बाद नजर ही नहीं है आज तक ना मैं शाम वो नजर आया वो आगे बैठ गए अपने मिनिस्टर हाउस में जाके बैठ गए बस उन्हें उन्हें अपनी फिक्र है लोगों की फिक्र है नहीं ना ਅੱਛਾ ਇਤਾਂ ਜਿਹੜੇ ਵਾਸਾ ਜਿਹੜੇ ਲੋਕ ਅੰਦੇ ਕੁਝ ਲੋਕਾਂ ਨੇ ਆ ਕੇ ਅੰਦੇ ਆ ਕੇ ਚਲੇ ਵੈਂਦੇ ਨੇ ਪੈਸੇ ਗਿੰਦੇ ਨੇ ਇਹ ਮਸਾਇਲ ਦਾ ਅਸਲ ਵਜ੍ਹਾ ਕੀ ਹੈ ਕੀ ਇਤਾਂ ਕੋਈ ਸਿਆਸੀ ਮੁਖਾਲਫਤ ਹੈ ਪਈ ਜਾਂ ਜਿਹੜਾ ਹੈ ਨਾ ਵਾਸਾ ਵਾਲੇ ਜਾਣ ਬੁੱਝ ਕੇ ਇਹ ਕੰਮ ਸਾਰਾ ਕਰਦੇ ਨੇ ਮੈਂ ਖੁਦ ਜਨਰਲ ਕੌਂਸਲ ਉਸ ਇਲਾਕੇ ਮੇ ਅੱਛਾ ਹਮਾਰਾ ਤਾਲੁਕ ਹੈ ਮੁਸਲਮ ਲੀਗ ਨੂਨ ਦੀ ਤਰਫ ਸੇ ਹਮਾਰਾ ਕੰਮ ਇਹ ਨਹੀਂ ਹੋਣੇ ਦਿੱਤੇ ਠੀਕ ਹੈ इनको अपने अपने लोगों का ये काम करा देते हैं जो उनके अपने अपने हैं उनके ये काम कराते हैं बाकी और किसी काम करते नहीं हैं हालाँकि अब वजी वजी खारजा बने सब का वजे ख़ारजा खाली उन लोगों का नहीं जिन्होंने वोट दिए हैं जिन्होंने वोट नहीं भी दिए उसका भी तो वजी खारजा है या नहीं है हमारे काम करने चाहिए नहीं करने चाहिए हमारे काम नहीं करते पर टाउट माफिया बना हुआ है बस वो अपनी गाड़ियाँ मंगवा के अपना काम करवा के चले जाते हैं बाकी किसी को पूछता नहीं है बिल्कुल जो है ना टाउट माफिया है ਜਿਹੜਾ ਆਪਣੇ ਕੰਮ ਸਿਰਫ ਆਪਣੇ ਤੱਕ ਮਹਦੂਦ ਰੱਖਿੰਦਾ ਹੈ ਮਗਰ ਇੰਤਜ਼ਾਮੀਆਂ ਜਿਹੜਾ ਬਾਕੀ ਇਤਾਂ ਦੇ ਲੋਕਾਂ ਕੋ ਲਾ ਵਾਰੇ ਸਾਡੇ ਕਾਲ ਛੋੜ ਦਿੱਤਾ ਹੈ ਇਤਾਂ ਦੇ ਮਸਾਇਲ ਜੂਂਦੇ ਤੂੰ ਇਹਨਾਂ ਪੇ ਵੱਧੇ ਪੈਨ ਘਟਦੇ ਕਹਿਨੀ ਪਏ ਮਗਰ ਅਗਰ ਨਹੀਂ ਇਤਾਂ ਦੇ ਆਵਾਮ ਆਂਦੀ ਨਹੀਂ ਇਤਾਂ ਦੇ ਅਫਸਰਾਨ ਆਂਦੇ ਤੇ ਇਤਾਂ ਦੇ ਮਸਾਇਲ ਵੀ ਨਹੀਂ ਹੱਲ ਹੁੰਦੇ ਸਾਨੂੰ ਹੋਰ ਵੀ ਸ਼ਹਿਰੀ ਮੌਜੂਦ ਹੈ ਐਸਾ ਉਹਨਾਂ ਕਨੇ ਜਾਣਦੇ ਸੇ ਅਸਲਾਮੁਅਲੈਕੁਮ ਵਅਲੈਕੁਮ ਸਲਾਮ ਐਮ ਡੀ ਦਾ ਮੈਨੇਜਿੰਗ ਡਾਇਰੈਕਟਰ ਜਿਹੜਾ ਬੈਠੇ ਨਾ ਇਹ ਵਾਸਤਾ ਦਾ ਐਮ ਡੀ ਇਹ ਨਵਾਂ ਸ਼ਹਿਰੀ ਕੰਪਨੀ ਦਾ ਹੈਗਾ। ਮਨਜ਼ੂਰੇ ਨਜ਼ਰ ਬੰਦੇ ਆਪਣੇ ਘਰ ਬਿਠਾ ਲੈਂਦੇ ਜਿਹੜੇ ਨਹੀਂ ਕਰਦੇ ਉਹਨਾਂ ਨੇ ਇੱਥੇ ਭੇਜ ਦਿੰਦਾ। ਉਹ ਇੱਥੇ ਕਹਿੰਦੇ ਨੇ ਸਾਡੇ ਵਾਸਤਾ ਕੰਮ ਨਹੀਂ ਉਤਲਿਆਣਾ ਕੰਮ ਹੈ ਸਾਡਾ ਨਹੀਂ ਹੈ। ਮੇਰਾ ਮਕਾਨ ਬਰਬਾਦ ਹੋ ਗਿਆ। ਮੈਂ ਆਵਾਡਾ ਰਿਟਾਇਰ ਮੁਲਾਜ਼ਮਾ ਜਾ ਕੇ ਦੇਖੂ ਮਕਾਨ ਦੇਖ ਕੇ ਕਿੰਨੇ ਬਰਬਾਦ ਹੋਇਆ ਪਏ। ਉਹ ਕਿਸੇ ਟਾਈਮ ਵੀ गिर ਸਕਦਾ ਹੈ। ਔਰ ਪਾਣੀ આજ ਮਹੀਨਾ ਹੋ ਗਿਆ ਖੜਾ ਸਾਡੇ ਉੱਤੇ। ਗੱਟਰ ਵਿੱਚ ਜੋ ਸੁਫਾਈ ਨਹੀਂ ਕਰਦੇ ਕਹਿੰਦੇ ਸਾਡਾ ਕੰਮ ਹੀ ਨਹੀਂ ਹੈ। ਗੱਡੀ ਲਿਆਉਂਦੇ ਇੱਕ ਸੇਵਰਮੈਨ ਹੈ। ਉਹਦਾ ਕੰਮ ਕੀ ਹੈ? ਸੇਵਰ ਸਾਫ਼ ਕਰਨਾ। ਉਸ ਤੋਂ ਬਾਅਦ ਜਨਾਬ ਉਹ ਨੂੰ ਗੱਡੀ ਦੇ ਦਿੰਦੇ ਨੇ ਉਹ ਡਰਾਈਵਰ ਬਣ ਕੇ ਆ ਜਾਂਦੇ ਉਹ ਕਿਉਂ ਵੜਦਾ ਗੱਟਰ ਦੇ ਵਿੱਚ ਜੇ ਉਸ ਨੂੰ ਗੱਡੀ ਮਿਲ ਜਾਵੇ ਅਫਸਰ ਬਣ ਕੇ ਵਿੱਚ ਬਹਿਵੇ ਉਹ ਕਿਉਂ ਹੀ ਵੜਦਾ ਉਹ ਸਾਡੀ ਇਹ ਹਾਲਤ ਹੈ ਮਕਾਨ ਮੇਰਾ ਗਿਰ ਰਿਹਾ ਦੇਖ ਲਓ ਨਹੀਂ ਕਿੰਨੇ ਅਰਸੇ ਤੋਂ ਤੁਹਾਡੇ ਮਕਾਨ ਦੇ ਬਾਹਰ ਪਾਣੀ ਖੜਾ ਹੈ ਕੀ ਸਾਲ ਹੋ ਗਏ ਇੱਕ ਸਾਲ ਹੋ ਗਏ ਇੱਕ ਸਾਲ ਜਦੋਂ ਦੀ ਇਹ ਆਈਏ ਵਾਸਾ ਦੇ ਕੋਲ ਉਸ ਤੋਂ ਪਹਿਲੇ ਲਾਲ ਕੋਲੇ ਠੀਕ ਚੱਲਦਾ ਰਿਹਾ ਗੁਲਾਬਸੂਰ ਕੋਲੇ ਠੀਕ ਚੱਲਦਾ ਰਿਹਾ ਕੀ ਵਾਸਾ ਵਾਲੇ ਤੁਹਾਡੇ ਕਿਨੇ ਬਿੱਲ ਵੀ ਗਿੰਦੇ ਨਹੀਂ ਜਾਂ ਸਿੱਕੋ ਹੀ ਨੇ ਸਾਡੇ ਕੋਲ ਮੌਜੂਦ ਹਰ ਮਹੀਨੇ 4-400 ਰੁਪਏ ਦਾ ਬਿੱਲ ਆ ਜਾਂਦਾ ਹੈ ਮਰੇ ਸਾਡ ਕੋਲ ਮੌਜੂਦ ਬੈਨ ਮੌਕੇ ਤੇ ਨਾ ਭਰੋਦ ਆਦਨ ਜੀ ਤੁਹਾਡੇ ਗਟਰ ਬੰਦ ਕਰ ਦੇਾਂਗੇ ਬਹੁਤ ਸ਼ੁਕਰੀਆ ਤੁਸਾ ਸਾਡ ਨਾਲ ਆਵੇ ਇਹਨਾਂ तमामਰ ਚੀਜ਼ਾਂ ਉਹ ਦੱਸੀਆਂ ਸ਼ਹਿਰੀ ਨੇ ਜਿਹੜਾ ਕਿ ਅਸਲ ਹਕਾਇਕ ਦੇ ਉਤੇ ਮੰਬਨੀ ਐਨ ਪੇ ਅਸਾਂ ਜੀ ਜਗਾ ਨਾ तमामਰ ਚੀਜ਼ਾਂ ਕੀਤੀਆਂ ਇਤਾਂ ਦੇ ਮਸਾਇਲ ਜੂ ਦੇ ਤੂੰ ਸਨਰ ਹੋਰ ਵੀ ਸ਼ਹਿਰੀ ਮੌਜੂਦ ਹੋਸਨ ਅਸਾਂ ਉਹਨਾਂ ਨਾਲ ਵੀ ਗੱਲ ਕਰਦੇ ਸੀ ਕਿ ਇਹ ਜਿਹੜੀ ਚੀਜ਼ਾਂ ਇਹ ਪਿਆ ਕਿਵੇਂ ਇਹ ਜਿਹੜਾ ਨਾ ਇਹ ਪਿਆ ਜਨਾਜ਼ਾਗਾ ਹੈ ਪਈ ਮਸਜਿਦ ਜ਼ਾਇਰੇ ਤਮੀਰ ਹੈ ਪਈ ਮਗਰ ਇਹ ਦੇ ਬਾਹਰ ਪਾਣੀ ਮੌਜੂਦ ਹੈ ਪਿਆ ਇੰਤਜ਼ਾਮੀਆਂ ਦੇ ਕੰਨ ਤੇ ਜੂਨ ਨਹੀਂ ਰੀਂਗਦੀ ਇੰਤਜ਼ਾਮੀਆਂ ਅਜ ਤੱਕ ਨਹੀਂ ਸੋਚਿਆ ਕਿ ਕਿਵੇਂ ਇਹਨਾਂ ਮਸਾਇਲ ਕੋ ਹੱਲ ਕੀਤਾ ਵਣੇ तमाम तर चीजा इमे चलसु असा और लोगा, चल लोगा करने भी जानसु के भाई ई इलाके बस्ती खुदादा दे विच क्या मसाइल चलदे से अगु ते और लोगा करने जानदे ਬਿਲਕੁਲ ਅਸਾ ਗੱਲ ਕਰ ਰਹੇ ਨੇ ਪੈਸੇ ਬਸ ਹੀ ਖੁਦਾ ਦਾ ਦੇ ਹਾਲਾਤ ਦੇ ਉਤੇ ਇਥਾਂ ਕਿਵੇਂ ਵਾਸਾ ਹੁਕਾਮ ਦੀ ਨਾ ਅਹਿਲੀ ਦੀ وجہ ਨਾਲ ਲੋਕਾਂ ਦੇ ਘਰ ਗਿਰਨ ਤੇ ਆ ਗਏ ਮਗਰ ਇੰਤਜ਼ਾਮੀਅਤ ਦੇ ਕੰਤ ਤੇ ਜੂ ਤੱਕ ਨਹੀਂ ਰੰਗੀ ਸਰਨਲ ਇਥਾਂ ਦੇ ਸ਼ਹਿਰੀ ਮੌਜੂਦ ਇ ਗਲੀ ਦੇ ਇ ਇਹਨਾਂ ਦਾ ਇਥਾਂ ਘਾਰੇ ਅਸਾ ਇਹਨਾਂ ਕਨੇ ਜਾਣਸੂ ਕਿ ਇਹ ਵਾਸਾ ਦੇ ਇ ਨਾ ਅਹਿਲੀ ਦੇ ਉਤੇ ਕੀ ਆਗਦੇ ਨੇ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਜਨਾਬ ਅੱਛਾ ਤੁਸੀਂ ਐਡ ਸੋ ਕਿ ਕਿਆ इतना बुरा हाल है पिया पता पानी है पिया पड़ी तो गली बच्चे क्या कदे तुसा इंतजामिया को कोई गाल नहीं की इंतजामिया इंतजामिया को तो आख आख साल थी गए दो साल हो गए आख अखबे चेयरमैन साहेब को एम पी ए साहेब को मिले हैं सदोजई साहेब को मिले हैं है, सारा कुछ लेकिन कुछ असर थी नहीं, कोई नहीं उत्तर आके देखे तो मकान गिरते पैण गरीबा जोडू मरले ठेडी मरल मकान सुनता ही कोई कह नहीं उव उ मतलब बे हुक्मरान अपना ਪਤਾ ਨਹੀਂ ਕਿਹੜੀ ਹਾਲਤ ਵਿੱਚ ਬੈਣ ਹੋ ਅੱਛਾ ਹੁਕਮਰਾਨ ਜਿਹੜਾ ਇਹ ਪਿਆ ਐਵਾਨਾ ਵਿੱਚ ਪਹੁੰਚ ਗਏ ਤੁਹਾਡੇ ਵੋਟਾਂ ਨਾਲ ਪਹੁੰਚਣ ਉਹ ਤੋਂ ਇਲਾਵਾ ਤੁਹਾਡੇ ਇਥਾ ਦੇ ਜਿਹੜੇ ਵਾਸਾ ਹੁਕਾਮ ਹੈ ਪੇ ਵਾਸਾ ਵਾਲੇ ਨੂੰ ਕਿਆ ਕਰੀ ਦਰਖਾਸਤਾਂ ਦਿੱਤੀਆਂ ਤੁਸੀਂ ਉਹ ਕਿਉਂ ਨਹੀਂ ਆਂਦੇ ਇਥਾ ਸਰ ਇੱਕ ਦਰਖਾਸਤ ਨਹੀਂ ਗਈ ਕਮ ਅਸ ਕਮ ਇਹ ਸਾਰੇ ਮੇਰੇ ਮਿੰਦਰਾਨ ਘਰ ਵਾਲੇ ਖੜਨ ਤੇ 100 ਤੋਂ ਪਤਨੀ ਕਿੰਨੀ ਕੰਪਲੇਨਾਂ ਗਿਆ ਪੈ ਤੇ ਉਹ ਮਤਲਬ ਇਹ ਉਹਨਾਂ ਸੇ ਅਸਾ ਦੇ ਕੀ ਕਰ ਸਕਦੇ ਹੈ ਸਾਡੇ ਅਸਾ ਬੇਖਤਿਆਰ ਹੈ ਅਸਾ ਨਹੀਂ ਸਾਡੇ ਕੋਲ ਕੁਝ ਨਹੀਂ ਸੀਦਾ ਨਹੀਂ ਉਹਨਾਂ ਦੇ ਕੋਲ ਕਿਉਂ ਨਹੀਂ ਥਿੰਦਾ ਉਹ ਬਿੱਲ ਤਾਂ ਤੁਹਾਡੇ ਕੋਲ ਗਿੰਦੇਨ ਬਿੱਲ ਤੇ ਗਿੰਦੇਨ ਬਿੱਲ ਤੇ ਗਿੰਦੇ ਵਾਸਾ ਹੀ ਗਿੰਦੇਨ ਅਸੀਂ ਵਾਸਾ ਹੀ ਗਿੰਦੇਨਾ ਹੁਣ ਇਹ ਤੇ ਨਹੀਂ ਗਿੰਦੇ ਸਾਡੇ ਕੋਲ ਨਹੀਂ ਨਹੀਂ ਵਾਸਾ ਵਾਲੇ ਮੈਂ ਉਹ ਆਖਦਾ ਪਿਆ ਕਿ ਵਾਸਾ ਵਾਲੇ ਬਿੱਲ ਗਿੰਦੇਨ ਤੇ ਉਹ ਆ ਕੇ ਇਹ ਮਸਲੇ ਕੋ ਹੱਲ ਕਿਉਂ ਨਹੀਂ ਕਰਦੇ ਉਹ ਨਹੀਂ ਕਰਦੇ ਵਾਲ ਉਹਨਾਂ ਦੀ ਨਾਹਲੀ ਹੈ ਜੋ ਉਹਨਾਂ ਦੀ ਭਾਵੇਂ ਗਫਲਾ ਸਮਝੋ ਤੇ ਭਾਵੇਂ ਉਹਦੀ ਕਮਜ਼ੋਰੀ ਸਮਝੋ ਤੇ ਡੀਟ ਪਾ ਸਮਝੋ ਉਹ ਕਹਿੰਦੇ ਜੀ ਕੰਪਨੀ ਲੇਕਿਨ ਉਹਨਾਂ ਦੀ ਭਾਵੇਂ ਡੀਟ ਪਾਣੀ ਸਮਝੋ ਹੋਰ ਕੀ ਹੋ ਸਕਦੇ ਐ ਸਾਇੰਸ ਤੋਂ ਇਲਾਵਾ ਬਿਲਕੁਲ ਉਹਨਾਂ ਦੀ ਢੀਠ ਪਾਨੇ ਪਿਆ ਉਹਨਾਂ ਦੀ ਨੈਅਲੀ ਹੈ ਕਿ ਕਿਵੇਂ ਉਹ ਜਿਹੜਾ ਹੈ ਪਿਆ ਈ ਇਲਾਕੇ ਦੇ ਉੱਤੇ ਜਿਹੜਾ ਨਾ ਅਜ ਤੱਕ ਉਹਨਾਂ ਨੇ ਤਵਫੀਕ ਨਹੀਂ ਕੀਤੀ ਆਵਨ ਦੀ وزیر ਖਾਰਜਾ ਦਾ ਇਲਾਕਾ ਹੈ ਐਮ ਪੀਏ ਇਥਾਂ ਦੇ ਉਹ ਕਹਿ ਨਹੀਂ ਸੁਣਦੇ ਆਖਿਰ ਇਨਾਂ ਲੋਗਾਂ ਦੀ ਕੌਣ ਸੁਣਸੀ ਅਸਾਂ ਇਥਾਂ ਐਸੇ ਤਾਕੂ ਹਕੀਕਤ ਦਿਖਾਉਣ ਵਾਸਤੇ ਹਕਾਇਕ ਦਸਾਉਣ ਵਾਸਤੇ ਕਿ ਮਲਤਾਨ ਦੇ ਸ਼ਹਿਰੀਆ ਨਲਕੀਵੇਂ ਇਤਤਸਾਲ ਥਿੰਦਾ ਪਿਆ ਵਜ਼ੀਰ ਖਾਰਜਾ ਇਥਾਂ ਦਾ ਵੱਡੇ ਵੱਡੇ ਅਹੁਦੇ ਇਹ ਇਥੋਂ ਆਵਾਮ ਦੇ ਵੋਟਾਂ ਨਾਲ ਗਿਣ ਕੇ ਬਣੇ ਹੋਏ ਮਗਰ ਵੱਲ ਵੀ ਇੰਤਜ਼ਾਮੀਆਂ ਦੀ ਇਲਾਵਾ ਇਹ ਹੁਕਮਰਾਨ ਦਾ ਆਵਾਮ ਦੇ ਉੱਤੇ ਕੋਈ ਪੁਰਸਾ ਨੇ ਹਾਲ ਇਥਾਂ ਦੇ ਆਵਾਮ ਦਾ ਕਹਿ ਨਹੀਂ ਸਾਡੇ ਨਾਲ ਹੋਰ ਵੀ ਸ਼ਹਿਰੀ ਮੌਜੂਦ ਨੇ ਅਸਾਂ ਇਹਨਾਂ ਨਾਲ ਗੱਲ ਕਰਦੇ ਹਾਂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਅੱਛਾ ਤੁਸੀਂ ਇਹ ਦੱਸੋ ਕਿ ਤੁਸੀਂ ਇਹ ਇਥਾਂ ਦੇ ਰਿਹਾਇਸ਼ੀ ਹੋਵੇ ਕੀ ਵਾਸਾ ਵਾਲੇ ਆਏ ਹੋਵਨ ਕੰਮ ਜਿਆਣਾ ਉਹ ਕਿਉਂ ਨਹੀਂ ਤਾਂ ਆ ਕੇ ਕਰਦੇ ਕੀ ਤੁਸੀਂ ਉਹਨਾਂ ਨੂੰ ਬਿੱਲ ਕਹਿੰਦੇ ਦੇ ਕਿਉਂ ਨਹੀਂ ਬਿੱਲ ਤਾਂ ਦੇਣ ਲਾਵਾਸਾ ਲਿਆਂਦੇ ਵੀ ਨਹੀਂ ਅਸਾ ਖੁਦ ਤਰੇ ਚਾਰ ਵਾਰ ਸਫਾਈ ਕਰਾਈ ਇਹਦੀ ਤੱਕ ਤੋੜ ਤੱਕ ਇਹ ਬਾਤ ਹੁਣ ਜਲੇ ਮੈਂ ਛੁੱਟੀ ਘਾਟ ਕੇ ਆਇਆ ਵਾਪਸ ਮੈਂ ਖੁਦ ਆਰਮੀ ਚੋਂ ਵਾਪਸ ਆਇਆ ਤਾਂ ਵਾਤੇ ਗਲੀਆਂ ਸਾਰੀਆਂ ਭਰੀਆਂ ਖੜੇ ਉਤੀ ਤੱਕ ਭਰੀ ਖੜੀ ਹੈ ਆਵਾਮ ਢਾਂਦੀ ਪਈ ذلیل ان سارے ਅਸਾ ਥਕੇ ਪੈ ਅੱਖਾਂ ਆ ਕੇ ਲਾਲ ਨੂੰ ਆਖੇ ਲਾਲ ਅਕੇ ਕਰੇ ਲਾਲ ਉਹਨਾਂ ਕੋ ਅਕਦੇ ਆਂਦੇ ਵੀ ਨਹੀਂ ਆਲ ਇਤਹਾਫ ਨਹੀਂ ਕਰਨਾ ਬਿਲਕੁਲ ਜਿਆ ਨਾ ਉਹ ਆਖਿਰ ਕਿਉਂ ਨਹੀਂ ਤੁਸਾਂ ਹਕਮਨਾਨਾ ਕੋ ਕੋਈ ਦਰਖਾਸਤ ਨਹੀਂ ਦਿੱਤੀ ਇਤਾਂ ਦੇ ਹਕਮਨਾਨ ਜਿਹੜੇ ਹਨ ਪੇ ਉਹਨਾਂ ਨਾਲ ਕੋਈ ਵੋਟ ਗਿਨਨ ਤੋਂ ਬਾਅਦ ਕਿਹਾ ਕਦੇ ਆਏ ਵੀ ਹੈ ਨਹੀਂ ਤਾਂ ਨਹੀਂ ਕਰਾਨੀ ਹੈ ਲਾਲਾ ਕੋਈ ਵੀ ਨਹੀਂ ਹੈ ਬਸ ਵੋਟ ਜੇ ਲੈ ਆਨਨ ਗਿੰਦਨ ਵਲਾ ਚਲੇ ਵੰਨ ਕੋਈ ਹਾਲ ਹੀ ਨਹੀਂ ਚੰਦੇ ਜਦੋਂ ਵੋਟ ਗਿਨਨ ਵਾਸਤੇ ਅੰਦਨ ਤੁਸਾਂ ਆਪਣੇ ਮਸਾਇਲ ਉਂ ਟਾਈਮ ਜਿਆ ਨਾ ਉਹਨਾਂ ਕੋ ਦੱਸੇ ਹੋਵੇਂ ਉਂ ਟਾਈਮ ਵੀ ਹੱਲ ਕਰਦੇ ਨਹੀਂ ਜਾਂ ਉਂ ਟਾਈਮ ਵੀ ਲਾਦੇ ਦੇ ਦੇ ਤੱਕ ਦਾ ਉਸ ਟਾਈਮ ਆਖਦੇ ਭਾਈ ਕਰੇ ਸੁਕਰੇ ਸੁਵਲ ਨਹੀਂ ਥਿੰਦੇ ਬਸ ਚਲੇ ਵੰਦਰਾ ਬਿਲਕੁਲ ਜਿਹੜਾ ਹੁਕਮਰਾਨ ਇਨ ਪੇ ਉਹ ਇਨਾ ਦੀ ਝੂਠੇ ਲਾਰੇ ਜਿਹਾ ਨਾ ਦੇ ਕੇ ਇਵੇਂ ਹੀ ਇਨਾ ਦਾ ਵਕਤ ਪਾਸ ਕਰਨ ਦੇ ਪੈਣ ਮਗਰ ਇਨਾ ਦੀ ਇੰਤਜ਼ਾਮੀਆ ਇਥਾ ਦੇ ਲੋਕ ਕੋਈ ਵੀ ਪੁਰਸਾ ਨਾਲ ਕਹਿੰਦੇ ਸਾਡੇ ਨਾਲ ਹੋਰ ਵੀ ਸ਼ਰੀ ਤਾਂ ਮੌਜੂਦ ਹਸਨ ਅਸਾਂ ਉਹਨਾਂ ਨਾਲ ਵੀ ਗੱਲ ਕਰੇ ਸੂ ਕਿ ਇਹ ਕਿਵੇਂ ਜਿਹੜਾ ਨਾ ਵਾਸਾ ਦੀ ਨਾ ਐਲੀ ਕੋ ਕਿਵੇਂ ਦੇ ਦੇ ਅਸਲਾਮ ਅਲੈਕਮ ਜੀ ਵਾ ਅਲੈਕਮ ਸਲਾਮ ਜੀ ਅੱਛਾ ਤੁਸੀਂ ਇਹ ਦੱਸੇ ਸੋ ਕਿ ਤੁਸੀਂ ਇਥਾ ਦੇ ਇਹ ਗਲੀ ਦੇ ਰਿਹਾਈਸ਼ੀ ਹੋਵੇ क्या कितने तू पानी खड़ा है ये तकरीबन साल, तकरीवन साल गया। इतनी कम्पलेन दर्ज करवा दो कम्प्लेन की कोई नहीं होती। है, उसकी कान पे कोई जून तक नहीं देंगती सर आते हैं हमारे पास आते हैं वोट लेने इतने बड़े बड़े वादे करके जाते हैं की मेट्रो रोड बनवा देंगे फलां कर देंगे लेकिन उसके बाद हमारा कोई पुरसान हाल नहीं है सर तो अगर दरखास्त देती है ਵਾਸਾਲੇ ਕੁ ਬਿੱਲ ਗਿਨਨ ਵਾਸਤੇ ਜਿਹੜਾ ਅੰਦੇ ਹਨ ਪੇ ਬਿੱਲ ਤੁਸਾਂ ਭਰਦੇ ਵਈਆ ਬਿੱਲ ਵੀ ਕਹਿ ਨਹੀਂ ਭਰਦੇ ਬਿੱਲ ਭਰਤੇ ਕਿਉਂ ਨਹੀਂ ਭਰਤੇ ਬਿੱਲ ਉਹ ਕਹਤੇ ਹੈ ਕਿ ਕੰਪਲੇਨ ਦਰਜ ਕਰਵਾਈਆ ਆਪਕੇ ਸੁਣਵਾਈ ਹੋ ਜਾਏਗੀ ਕੰਪਲੇਨ ਦਰਜ ਕਰਵਾਦੀਆ ਆਪਕੇ ਸੁਣਵਾਈ ਹੋ ਜਾਏਗੀ ਉਹ ਸੁਣਵਾਈ ਹੋਣੇ ਕੇ ਬਾਅਦ ਇਹ ਹਾਲ ਹੈ ਜੀ ਸੁਣਵਾਈ ਹੋਈ ਨਹੀਂ ਨਾ ਹੁੰਦੀ ਹੈ ਸੁਣਵਾਈ ਬਿਲਕੁਲ ਇਨਾਂ ਦੀ ਜੇ ਨਾ ਸੁਣਵਾਈ ਬਿਲਕੁਲ ਨਹੀਂ ਹੁੰਦੀ ਇਹ ਤਮਾਮ ਤਰ ਚੀਜ਼ਾਂ ਇਵੇਂ ਹੀ ਚਲਦੀਆਂ ਪਈਆਂ ਅਸਾਂ ਹੋਰ ਈਓ ਜੇ ਬੁਰੇ ਹਾਲਾਤ ਈਓ ਜੀ ਚੀਜ਼ਾਂ ਅਸਾਂ ਹੋਰ ਤਾਕੂ ਦਿਖਾਈਸੂ ਅਸਾਂ ਚਲਸੂ ਅਗੂ ਲੋਗਾ ਨਾਲ ਵੀ ਗੱਲ ਕਰੇ ਸੂ ਕਿਵੇਂ ਇੱਥਾ ਦੇ ਮਸਾਇਲ ਦੇ ਵਿੱਚ ਇਹ ਲੋਕ ਗਿਰੇ ਹੋਏ ਨੇ ਬਿਮਾਰੀਆਂ ਇੱਥਾ ਜਨਮ ਗਿੰਨੀਆਂ ਪਈਆਂ وزیر اعلی ਸਾਹਿਬ ਤੁਸੀਂ ਜਨੂਬੀ ਪੰਜਾਬ ਦੇ وزیر اعلی ਜਿਹੜਾ ਨਾ ਇੱਥਾ ਦੇ ਨੁਮਾਇੰਦਗੀ ਕਰ ਰਹੇ ਦੇ ਵੇ ਪੂਰੇ ਪੰਜਾਬ ਦੇ وزیر اعلی ਹੋਏ ਇਹਨਾਂ ਲੋਗਾ ਦਾ ਵੀ ਆ ਕੇ ਦੇਖੋ ਇਹਨਾਂ ਲੋਗਾ ਦਾ ਵੀ ਪਰਸਾਨੇ ਹਾਲ ਇੱਥਾ ਆਓ ਤਾਂ ਸਹੀ ਤੁਹਾਨੂੰ ਪਤਾ ਲੱਗੇ ਕਿਵੇਂ ਇਹ ਲੋਕ ਰਹਿੰਦੇ ਪੈਣ ਇਹ ਤਮਾਮ ਤਰਚੀਜ਼ਾਂ ਜੇ ਆ ਨਾ ਇਹਨ ਪਈਆਂ ਅਗੂ ਚਲਦੇ ਸੇ ਅਸਾਂ ਅਗੂ ਜੇ ਆ ਨਾ ਹੋਰ ਲੋਗਾ ਨਾਲ ਵੀ ਗੱਲ ਕਰੇ ਸੂ ਤੇ ਜਾਣ ਸੋ ਉਹਨਾਂ ਦੇ ਜਿਹੜੇ ਇਥਾ ਦੇ ਮਸਾਇਲੇ ਨੇ ਇਥਾਂ ਦੇ ਲੋਗਾ ਦੀ ਨਾ ਲਈਏ جی ناظرین ਸਾਡੇ ਨਾਲ ਮੌਜੂਦ ਹਨ ਪੇ اکبر لال ਖਾਨ ਇਥਾਂ ਦੇ ਐਕਸ ਚੇਅਰਮੈਨ ਇਨ ਪੇ ਇਹ ਇਲਾਕੇ ਦੇ ਅਸਾਂ ਇਨਾਂ ਕਨੇ ਜਾਣਦੇ ਸੀ ਕਿ ਅਸਲ ਮਸਲਾ ਇਹ ਇਲਾਕੇ ਦਾ ਕੀ ਹੈ ਤੇ ਕਿਉਂ ਹੱਲ ਨਹੀਂ ਥਿੰਦਾ ਅਸਲਾਮੁਅਲੈਕਮ ਜੀ ਵਾਲੇਕੁਮ ਅਸਲਾਮ ਅੱਛਾ ਤੁਸੀਂ ਐਡਸੈਸੋ ਕਿ ਇਹ ਇਲਾਕੇ ਦੇ ਵਿੱਚ ਜਿਹੜੇ ਮਸਾਇਲ ਇਨ ਪੇ ਅਸਾਂ ਦੇਖਿਆ ਕਿ ਗੰਦਗੀ ਇਹ ਪਈ ਉਨ ਤੋਂ ਇਲਾਵਾ ਇਥਾਂ ਜਿਹਨਾਂ ਵਸਾਦੀ ਜਿਹਨਾਂ ਲੋਕ ਸਰਾਪ ਇਹ ਤਾਂ ਅਸਲ ਮਸਲਾ ਕਿਉਂ ਹੈ ਇੱਥਾਂ ਜਿਹੜਾ ਹੈ ਨਾ ਕਿਉਂ ਹੱਲ ਨਹੀਂ ਥਿੰਦਾ ਹੈ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲ ਮਸਲਾ ਸਰ ਇਹ ਹੈ ਕਿ ਜਨਾਬ ਸਾਡਾ ਇਹ ਹਲਕਾ ਐਨ ਏ 156 ਐਮ ਪੀ ਏ 213 ਪੀ ਪੀ 213 ਇਹ ਹਲਕਾ ਹੈ ਸਰ ਇਹ ਇਲਾਕਾ ਬਸਤੀ ਖੁਦਾ ਦਾ ਦਾ ਇਹ ਹਲਕਾ ਯੂ ਸੀ 61 ਬਖਰ ਆਰ ਵੀ ਮੈਂ ਦਾ ਐਕਸ ਚੇਅਰਮੈਨ ਆ ਮੈਂ ਆਪਣੇ ਦੌਰ ਦੇ ਵਿੱਚ ਮੇਰੇ ਕੋਲ 1.5 ਸਾਲ ਮਿਲੇ ਦੌਰ ਆਪਣਾ ਅਸਾਂ ਉਹਦੇ ਬਹੁਤ ਸਾਰੇ ਤਰਕਿਆਤੇ ਕੰਮ ਕਰਵਾਏ ਨੇ ਇਹ ਸੀਵਰੇਜ ਦਾ ਸਿਸਟਮ ਅਸਾਂ ਬੜਾ ਬਿਹਤਰੀਨ ਚਲਾਏ ਉਹ ਬਦਕਿਸਮਤੀ ਨਾਲ ਹੁਣ ਅਸਾਂ ਜਿਹੜਾ ਨਾ ਚੇਅਰਮੈਨ ਹਾਂ ਕੋਈ ਨਾ ਤੇ ਇਹ ਲੋਕ ਜਿਹੜਾ ਆਪਣਾ ਪਰੇਸ਼ਾਨ ਨਾ عوامੀ ਵਾਸਤੇ ਪਰੇਸ਼ਾਨ ਹੈ ਕਿ ਕਿਉਂਕਿ ਜਿਹੜੀ ਇੰਤਜ਼ਾਮੀ ਹੈ ਉਹ ਗਾਲ ਹੀ ਸੁਣਦੀ ਮੈਂ ਲੋਕ ਮੇਰੇ ਕੋਲ ਆਂਦੇ ਨੇ ਕਿ ਯਾਰ ਸਾਡੀ ਸੀਵਰੇਜ ਬੰਦ ਹੈ ਸਾਡੇ ਮਾਮਲੇ ਬੜੇ ਖਰਾਬ ਹੈ ਅਸਾਂ ਬੜੇ ਪਰੇਸ਼ਾਨ ਹੈ ਗੈਸ ਕੋਈ ਨਹੀਂ ਜੋ ਮਾਮਲਾ ਸੀਵਰੇਜ ਦੇ ਹਵਾਲੇ ਨਾਲ ਮੈਂ ਜਨਾਬ ਚਾਰ ਦਾ ਪੰਜ ਸੱਤ ਦਵਾ ਲੋਕਾਂ ਕੋਲ ਨਾਲ ਲਾ ਕੇ ਐਮ ਡੀ ਵਾਸਾ ਸਾਹਿਬ ਕੋ ਲਗੀਆਂ ਐਸ ਡੀਓ ਸ਼ੇਵ ਸਾਹਿਬ ਨੇ ਉਹਨਾਂ ਕੋਲ ਗੀਆਂ ਉਹ ਮੇਕਵਾਦਨ ਜੀ ਜਨਾਬ ਸਾਕੂ ਬੜੀ ਸਖਤੀ ਨਾਲ ਮਨਾ ਹੈ ਕਿ ਵੀ ਚੇਅਰਮੈਨ ਜਿਹੜਾ ਉਸੀ ਉਹ ਅਕਬਰ ਲਾਲ ਨਹੀਂ ਆ ਸਕਦਾ ਨਾ ਇਥੇ ਸਾਕੂ ਕੰਪਲੇਨ ਕਰ ਸਕਦੇ ਜਿਹੜੇ ਆਵਾਮ ਹੈ ਉਹ ਕੰਪਲੇਨ ਕਰੇ ਮੈਂ ਬੜੇ ਲੋਗਾਂ ਦੇ ਨਾਲ ਬਣ ਕੇ ਉਥਾ ਕੋਸ਼ਿਸ਼ ਕੀਤੀ ਹੈ ਕਿ ਵੀ ਇਹ ਮਾਮਲਾ ਸਾਡਾ ਹੱਲ ਕਰੋ ਕਿਉਂਕਿ ਮੈਂ 18 ਸਾਲ ਤੋਂ ਪ੍ਰਾਈਵੇਟ ਹੀ ਕੁੱਚ ਲੈੰਦਾ ਰਹਿ ਗਿਆ ਆਪਣੇ ਤੌਰ ਦੇ ਉੱਤੇ ਕਿਉਂਕਿ ਮੈਂ ਤਾਂ ਵੀ ਚੇਅਰਮੈਨ ਬਣਾ ਕਿਉਂਕਿ ਮੈਂ ਇਥੇ ਆਵਾਮ ਦੀ ਖਿਦਮਤ ਕੀਤੀ ਹੈ ਮੈਂ ਹਸਪਤਾਲ ਬਣਾਇਆ ਯੂਨੀਅਨ ਕੌਂਸਲ ਬਣਾਈ ਮੈਂ ਇਥੇ ਬਹੁਤ ਸਾਰੇ ਕੰਮ ਕੀਤੇ ਨੇ ਦੁਨੀਆ ਜਾਣ ਦੀ ਤੁਸੀਂ ਇਹਨਾਂ ਨੂੰ ਬਿਸ਼ੱਕ ਲੋਕਾਂ ਨੂੰ ਪੁੱਛ ਗਿਓ ਇੱਥੇ ਇਹ ਹੁਣ ਇੰ ਟਾਈਮ ਬੇਬਸੀ ਦਾ ਇਹ ਆਲਮ ਹੈ ਕਿ ਨਾ ਇੰਤਜ਼ਾਮੀਆਂ ਜਿਹੜੀ ਨਾ ਸਾਂ ਉਹ ਆਦਾਂ ਸਹੀ ਸ਼ਾਹ ਸਾਹਿਬ ਨੇ ਸ਼ਾਹ ਮਹਮੂਦ ਸਾਹਿਬ ਨੇ ਸਖਤੀ ਨਾਲ ਮਨਾ ਕੀਤਾ ਕਿ ਭਈ ਇੱਥੇ ਕੰਮ ਨਹੀਂ ਕਰਾਉਣਾ ਚੇਅਰਮੈਨ ਦੇ ਹੋਂਦੇ ਕੰਮ ਨਹੀਂ ਕਰਾਉਣਾ ਲੋਕ ਤਾਂ ਮੈਨਰੇ ਕੋਲ ਭਾਵੇਂ ਮੈਂ ਚੇਅਰਮੈਨ ਹਾਂ ਜਾਂ ਨਾ ਹਾਂ ਲੋਕਾਂ ਤੇ ਮੇਰੇ ਕੋਲ ਆਉਣ ਨੇ ਉਹਨਾਂ ਆਪਣੇ ਮਸਲੇ ਮਸਿਆਲ ਤਾਂ ਮੇਰੇ ਕੋਲ ਸਾਹਮਣੇ ਨੇ ਸਰ ਮੈਂ ਵੇਨਾ ਇਦਾਰੇ ਚ ਵੇਨਾ ਉਹ ਆਦਾਂ ਸਹੀ ਸਖਤੀ ਨਾਲ ਮਨਾ ਕਿ ਵੀ ਇਹ ਇਹਨਾਂ ਦਾ ਕੰਮ ਨਹੀਂ ਜਿਹੜੇ ਉਹਨਾਂ ਦੇ ਚਾਹੀਤੇ ਨੇ ਉਹ ਆਂਦੇ ਨੇ ਉਹ ਆਪਣਾ ਥੋੜਾ ਬਹੁਤਾ ਕੰਮ ਕਰਵਾ ਕੇ ਚਲੇ ਜਾਂਦੇ ਨੇ ਜਿਹੜੇ ਵਿਚਾਰੇ ਮਤਲਬ ਇਹਨੂੰ ਇਥੇ ਦੇ ਆਵਾਮ ਉਹ ਵਿਚਾਰੇ ਪਰੇਸ਼ਾਨ ਨਹੀਂ ਤੁਸੀਂ ਦੱਸਿਓ ਕਿ ਇਹ ਇਲਾਕੇ ਸਾਕੂ ਤਾਂ ਇਹ ਤਮਾਮ ਜਿੰਨਾ ਵੀ ਅਸੀਂ ਦੇਖਿਆ ਜਿੰਨਾ ਵੀ ਇਥੇ ਹੈ ਇਹ ਸਾਰਿਆਂ ਵਿੱਚ ਚਾਹੀਤੇ ਸਾਕੂ ਤਾਂ ਕੋਈ ਨਹੀਂ ਲੱਗਿਆ ਕਿ ਕੀ ਦੀ ਗਲੀ ਜਿਹੜਾ ਨਾ ਸਾਫ਼ ਹੋਵੇ ਇਸ ਸਾਰੇ ਜਿਹੜਾ ਹੈ ਨਾ ਇਹ ਤਾਂ ਗਟਰਾ ਦਾ ਪਾਣੀ ਹੈ ਪਿਆ ਹਰ ਜਗ੍ਹਾ ਦੇ ਉੱਤੇ ਬਲ ਚਹੀਤੇ ਕਿਹੜੇ ਉਹਨਾਂ ਦੇ ਕੀ ਕੰਮ ਥਿੰਦਾ ਜੀਤੇ ਇਹ ਕੋ ਜਿਹੜੇ ਉਹਨਾਂ ਦੇ ਕੋਈ ਪੁਰਾਣੇ ਵਰਕਰ ਹੈ ਨਾ ਸਰ ਉਹ ਆਪਣੇ ਤੌਰ ਤੇ ਵਾਂਗੇ ਗਿਨਨ ਉਹ ਆਪਣੀ ਗੱਡੀਆਂ ਘੁਮਾ ਕੇ ਫੋਟੋ ਸ਼ੈਕਸ਼ਨ ਕਰਵਾਇਆ ਆਪਣੇ ਨੰਬਰ ਬਣਾਏ ਮੈਂ ਖੁਦਾ ਦੀ ਕਸਮ ਹੈ ਉਹਨਾਂ ਮੇਰੀ ਬੜੀ ਨਰਾਜ਼ਗੀ થઈਏ ਮੈਂ ਉਹਦੀ ਮਿਹਨਤ ਕੀਤੀ ਉਹ ਅਸੀਂ ਤਾਂ ਕੋ ਚਾਹ ਹਸਾ ਕਬੂਲ ਨਹੀਂ ਕਰ ਸਕਦੇ ਸਾਵਰੀ ਮਜਬੂਰੀ ਹੈ ਸਾਕੂ ਮਨ ਹੈ ਦੇਖੋ ਸਰ ਅਗਰ ਮੇਰਾ ਮੇਕੂ ਨਾ ਮੈਂ ਮੇਰਾ ਕੋਈ ਹੋਰ ਇਸ਼ੂ ਕੋਈ ਨਹੀਂ ਆਵਾਮ ਦਾ ਤਾਂ ਕੋਈ ਕਸੂਰ ਨਹੀਂ ਨਾ ਆਵਾਮ ਤਾਂ ਵੋਟ ਦਿੱਤੇ ਨਾ ਸਿਖਾ ਸਾਹਿਬ ਨੂੰ ਮਹਿਮੂਦ ਸ਼ਾਹ ਮਹਿਮੂਦ ਸਾਹਿਬ ਨੂੰ ਉਹ ਇਥੇ ਆਮ ਇਹ ਨਾ ਫੂਕੇ ਨਾਲ ਤਾਂ ਮੁਲਕ ਚਲੇਂਦੇ ਬੈਨ ਫੂਕੇ ਨਾਲ ਮੁਲਕ ਚਲੇਂਦੇ ਬੈਨ ਨਾ ਉਨਾ ਗੋਲਦਾ ਬਈ ਕੋਈ ਸ਼ੈ ਨਹੀਂ ਤੇ ਪਫੂ ਕੇ ਨਾਲ ਚਲੋ ਸਿਵਰੇ ਦਾ ਖਲਵਾੜੇ ਨਾ ਲੋਕਾਂ ਦੀ ਤਾਂ ਪਰੇਸ਼ਾਨੀ ਦੂਰ ਕਰਨ ਨਾ ਕੰਮ ਸੇ ਕੰਮ ਲੋਕਾਂ ਦੇ ਤਾਂ ਮਾਮਲਾ ਹੱਲ ਕਰਨ। ਵਸੀਮ ਖਾਨ ਆਂਦੇ ਨੇ ਉਹ ਫੋਟੋ ਸ਼ੋਟੋ ਬਣਵਾਈਆਂ ਤਸਵੀਰਾਂ ਬਣਵਾਈਆਂ ਮੈਂ یوں ਕਰਾ ਦਾਂਗਾ ਮੈਂ یوں ਕਰਾ ਦਾਂਗਾ ਉਹ ਆਪਣੇ ਘਰ ਚੱਲੇ ਵੰਨ। ਆਵਾਮ ਜਿਹੜੇ ਇਤਨੇ ਪਰੇਸ਼ਾਨ ਹਨ ਸਵਾਸਾ ਦੇ ਕੋਲੋਂ ਲੋਕਾਂ ਨੂੰ ਤੁਸੀਂ ਆਪ ਵਿਜ਼ਿਟ ਕੀਤਾ ਹੋ ਸੀ। ਲੋਕਾਂ ਦੇ ਘਰਾਂ 'ਚ ਪਾਣੀ ਖੜੇ। ਲੋਕਾਂ ਦੇ ਗੱਟਰਾਂ ਦੇ ਢੱਕਣ ਕੋਈ ਨਹੀਂ। ਇੰਤਜ਼ਾਮੀਆਂ ਕੋ ਅਸਾ ਬਾਰ-ਬਾਰ ਵਾ ਕੇ ਉਹਨਾਂ ਕੋ ਸ਼ਿਕਾਇਤ ਕੀਤੀ ਹੈ। ਸਿਰਫ ਮੇਰੇ ਉੱਤੇ ਉਹਨਾਂ ਕੋਈ ਇਹ ਕੇ ਜੀ ਤੇ ਤੂੰ ਤਾਂ ਹੁਣ ਬਈ बिल्कुलु इन नाली गाली तमाम तर जहिड़ी चीज़ा आहिनि पई इन, इन दसियां की के मसाइल जहिड़ा आहे पिया उहे ई हल न थींदे वासा हुकाम वासा जे अफ़सरान जहिड़ा आहे पिया ई एम पी एम एन ए जे आख़ेद उते इतां जे मसाइल हल ने आवाम सरापा एतजाज ए आवाम तमाम तर जहिड़ा की हकूमती इकदामात आहिनि पए उन कु रिजैक्ट क्के ਇਵਾਨਾ ਵਿੱਚ ਪੁੰਚਾਵਨ ਵਾਲੇ ਇਹ ਆਵਾਨ ਹਨ ਇਹ ਲੋਗ ਇਨ ਪੇ ਅੱਜ ਤੱਕ ਇਤਾਂ ਦੇ ਇਹਨਾਂ ਦੀ ਤਮਾਮ ਤਰ ਚੀਜ਼ਾਂ ਹੱਲ ਨਹੀਂ ᱛੀਆਂ ਇਹਨਾਂ ਦੇ ਮਸਾਇਲ ਹੱਲ ਨਹੀਂ ਥੇ ਅਜੀ ਬਿਲਕੁਲ ਤੁਸਾਂ ਦੇਤੇ ਪੇ ਵਸੇਬ ਦੀ ਆਵਾਜ਼ ਤੇ ਮੈਂ ਤੁਹਾਡਾ ਆਪਣਾ ਹੋਸਟ ਜੁਨੈਦ ਮਲਿਕ ਅ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸਾਂ ਜਾਣਿਆ ਕਿ ਕਿਵੇਂ ਇਹ ਇਲਾਕੇ ਦੇ ਮਸਾਇਲੇ ਨੇ ਉਹ ਇਲਾਕਾ ਹੈ ਜਿਹੜਾ ਸ਼ਾਹ ਮਹਿਮੂਦ ਕੁਰੀਸ਼ੀ ਵਜ਼ੀਰ-ਏ-ਖਾਰਜਾ ਦਾ ਹਲਕਾ ਹੈ ਪਿਆਬ ਵਸੀਮ ਖਾਨ ਬਾਦੋਜ਼ਈ ਇਥਾਂ ਦੇ ਐਮਪੀ ਨੇ ਪਰ ਇਥਾਂ ਅਜੇ ਤੱਕ ਉਨ੍ਹਾਂ ਕੇ ਮੋੜ ਕੇ ਨਹੀਂ ਦੇਖਿਆ ਇਥਾਂ ਦੀ ਆਵਾਮ ਸਰਪਾ ਇਤਜਾਜ ਹੈ ਘਰਾਂ ਦੇ ਵਿੱਚ ਪਾਣੀ ਜਿਹੜਾ ਹੈ ਗੱਟਰਾਂ ਦਾ ਦਾਖਿਲ ਥੀ ਚੁਕੇ ਹੈ ਮਗਰ ਇਥਾਂ ਨਹੀਂ ਆਂਦੇ ਤੇ ਵਸਾ ਵਾਲੇ ਨਹੀਂ ਆਂਦੇ ਇਥਾਂ ਨਹੀਂ ਆਂਦੇ ਤੇ ਇਥਾਂ ਦੇ ਹੁਕਮਰਾਨ ਨਹੀਂ ਆਂਦੇ ਕਿਉਂ ਨਹੀਂ ਆਂਦੇ ਕਿਉਂਕਿ ਇਹ ਲੋਕ ਸਿਆਸੀ ਮੁਖਾਲਫਤ ਬਗ਼ਜ਼ ਰਖੇ ਨੇ ਦਿਲ ਵਿੱਚ ਇਹ ਆਵਾਮ ਦਾ ਕੰਮ ਕਰਨਾ ਹੀ ਨਹੀਂ ਚਾਹੁੰਦੇ ਇਨਾ ਹੁਕਮਰਾਨਾ ਕੋ ਜੰਝੋੜਨ ਵਾਲਾ ਆਖਿਰ ਵਕਤ ਆਵਨ ਵਾਲਾ ਹੈ ਪਿਆ ਵਲ ਇਹ ਲੋਗ ਇਨਾ ਦੇ ਇਲਾਕੇ ਵਿੱਚ ਆਸੇਨ ਵਲ ਵੋਟ ਮੰਗਸੇਨ ਤੇ ਇਹ ਲੋਗ ਵਲ ਉਹਨਾਂ ਕਨੇ ਜਾਣਸੇਨ ਕਿ ਕਿਉਂ ਭਈ ਤੁਸੀਂ ਪਹਿਲੇ तमामतर ਮਸਾਇਲ ਦੇ ਹੋਣ ਦੇ ਬਾਵਜੂਦ ਕਿਉਂ ਨਹੀਂ ਆਏ ਲੋਗਾ ਦੇ ਘਰ ਜਿਹੜਾ ਡੂਬਨ ਨਾਲੇ ਗਿਰਦੇ ਪੈਨ ਮਗਰ ਇਨਾਂ ਦਾ ਕੋਈ ਪੁਰਸਾਨੇ ਹਾਲ ਕਹਿ ਨਹੀਂ ਵਾਸਾ ਹੁਕਾਮ ਦੇ ਜਿਹੜਾ ਇਹ ਪਿਆ ਵਾਸਾ ਵਾਲੇ ਅਫਸਰਾਨ ਜਿਹੜਾ ਉਹਨਾਂ ਦੇ ਕੰਨ ਤੱਕ ਜੂਨ ਤੱਕ ਨਹੀਂ ਰਿੰਗਦੀ ਇਹ ਇਹੋ ਜੇ ਅਸਾਂ ਪ੍ਰੋਗਰਾਮ ਇਹੋ ਜੀ ਚੀਜ਼ਾਂ ਅਸਾਂ ਤੁਹਾਂ ਕੋ ਦਿਖਾਉਂਦੇ ਰਹਸੂ ਇਵੇਂਲੇ ਪ੍ਰੋਗਰਾਮ ਦਾ ਵੇਲਾ ਖਤਮ ਥੀ ਚੁਕਿਆ ਅੱਲਾ ਸੋਨੇ ਦੇ ਹਵਾਲੇ